ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਏ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਉਠਾਂਗੇ ਆ ਤੁਸੀਂ ਖੁਦ ਕਿਸਾਨੀ ਪਰਿਵਾਰ ਤੋਂ ਆਉਂਦੇ ਹੋ ਤੁਸੀਂ ਕਹਿੰਦੇ ਹੋ ਵੀ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਅਜਿਹਾ ਕਿਉਂ ਇੰਨੇ ਕਿਸਾਨ ਉੱਥੇ ਬੈਠੇ ਨੇ ਕਈ ਸੌ ਮਰ ਵੀ ਗਏ ਤੁਸੀਂ ਕਹਿ ਰਹੇ ਹੋ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਸਾਰੇ ਕਿਸਾਨ ਇੰਨੇ ਸਮੇ ਤੋਂ 7 ਮਹੀਨੇ ਦੇ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਉਹ ਬੈਠੇ ਨਹੀਂ ਤੁਸੀਂ ਕਹਿ ਰਹੇ ਹੋ ਰੱਦ ਨਹੀਂ ਹੋਣਾ ਕੇਂਦਰ ਅੜੀ ਹੋਈ ਹੈ ਵੀ ਅਸੀਂ ਰੱਦ ਨਹੀਂ ਕਰਨੀ ਕਾਨੂੰਨ ਫਰੀਦਾ ਨਤੀਜਾ ਕੀ ਨਿਕਲਣਾ ਹੈ ਭਾਜੀ ਨਤੀਜਾ ਮਾੜਾ ਹੀ ਆਊਗਾ ਇਹਦਾ ਕੋਈ ਨੁਕਸਾਨ ਲੋਕਾਂ ਦਾ ਹੋਣਾ ਕਿਸਾਨਾਂ ਦਾ ਹੋਣਾ ਪੁਲਿਸ ਦਾ ਹੋਣਾ ਆਮ ਲੋਕਾਂ ਦੇ ਨੁਕਸਾਨ ਹੋਊਗਾ ਸਰਕਾਰ ਦਾ ਨੁਕਸਾਨ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ ਜੇ ਇੰਨੇ ਕਿਸਾਨ ਕਹਿ ਰਹੇ ਨਹੀਂ ਤਾਂ ਰੱਦ ਕਰ ਹੀ ਦੇਣੇ ਚਾਹੀਦੇ ਨੇ ਭਾਜੀ ਸਰਕਾਰ ਦਵਾਉ ਹਟਾ ਜਿਵੇਂ ਇਧਰੋਂ ਕਿਸਾਨ ਜੁਨੀਅਨ ਜਿਹੜੇ ਲੀਡਰ ਹੈ ਉਹ ਪਿੱਛੇ ਨਹੀਂ ਵਾਪਸ ਜਾ ਰਹੇ ਕਿਸਾਨ ਲੋਕਾਂ ਤੋਂ ਡਰਦੇ ਹੋਏ ਜਾਂ ਜੋ ਵੀ ਹੈ ਹਨਾ ਪ੍ਰੈਸ਼ਰ ਹੈ ਉਹਨਾਂ ਦਾ ਵੀ ਤਾਂ ਉਹੀ ਗੱਲ ਪਿੱਛੇ ਤੋਂ ਪੂਰੀ ਵਰਲਡ ਦਾ ਪ੍ਰੈਸ਼ਰ ਹੈ ਸਰਕਾਰ ਦੇ ਉੱਪਰ ਵੀ ਤੁਸੀਂ ਰੱਦ ਨਹੀਂ ਕਰਨੇ ਵੀ ਜੇ ਬਿਨਾਂ ਰੱਦ ਕਰਵਾਏ ਵਾਪਸ ਆਏ ਤਾਂ ਵੀ ਜੁੰਦੇ ਨਹੀਂ ਰਹਿਾਂਗੇ ਜ਼ਮੀਨਾਂ ਵੀ ਚਲ ਜਾਣੀਆਂ ਨੇ ਹੋਂਦ ਦਾ ਸਵਾਲ ਇਹ ਬਾਰ ਬਾਰ ਗੱਲ ਆ ਰਹੀ ਹੈ ਵੀ ਹੋਂਦ ਦਾ ਸਵਾਲ ਹੈ ਇਹ ਤਾਂ ਇਹ ਜੀ ਇਹ ਜੀ ਕੋਈ ਗੱਲ ਨਹੀਂ ਭਾਜੀ ਜਿੰਨਾਂ ਕੋਲ ਨਹੀਂ ਵੀ ਜ਼ਮੀਨ ਹੈਗੀ ਜਿੰਦੇ ਤਾਂ ਉਹ ਵੀ ਪਏ ਗੱਡੀਆਂ ਵੀ ਗੱਲਾਂ ਹੁਣ ਕਰਦੇ ਕਰਦੇ ਜਿਹੜੇ ਸਿਆਸੀ ਲੋਕਾਂ ਵਰਗੀਆਂ ਹੋ ਗਈਆਂ ਤੁਹਾਨੂੰ ਫਰੀ ਦੀ ਬਿਜਲੀ ਦੇਵਾਂਗੇ ਫਰੀ ਦੀ ਰੋਟੀ ਦੇਵਾਂਗੇ ਰੋਟੀ ਤੁਹਾਨੂੰ ਮਿਲੂਗੀ ਤੁਹਾਨੂੰ ਪਤਾ ਨਹੀਂ ਲੱਗਣੀ ਰੋਟੀ ਮਿਲ ਕਿੱਥੋਂ ਰਹੀ ਹੈ ਗੱਡੀ 'ਚ ਘੁੰਮਦੇ ਹਾਂ 50 ਲੱਖ ਵਾਲੀ 'ਚ ਸਵਾਦ ਹੈ ਲੋਕੀ ਸਵਾਦਾਂ ਪਿੱਛੇ ਜਾ ਰਹੇ ਐ ਕੋਈ ਕਿਸੇ ਪਿੱਛੇ ਨਹੀਂ ਜਾ ਰਿਹਾ ਪ੍ਰਾਈਵੇਟ ਕੰਪਨੀ ਕੋਈ ਵੀ ਕੁਝ ਨਹੀਂ ਕਰ ਰਹੀ ਪ੍ਰਾਈਵੇਟ ਕੰਪਨੀ ਉਹ ਕਰ ਰਹੀ ਐ ਜੋ ਲੋਕ ਚਾਹੁੰਦੇ ਐ ਲੋਕ ਚਾਹੁੰਦੇ ਐ ਸਾਨੂੰ ਲਗਜ਼ਰੀ ਲਾਈਫ ਮਿਲੇ ਲੋਕ ਚਾਹੁੰਦੇ ਐ ਗੱਡੀ ਮਿਲੇ ਲੋਕ ਚਾਹੁੰਦੇ ਐ ਵਧੀਆ ਜੌਬ ਮਿਲੇ ਲੋਕਾਂ ਚਾਹੁੰਦੇ ਐ ਵਧੀਆ ਕੱਪੜੇ ਮਿਲ ਪਾਟੇ ਚਿੱਟੇ ਕਿ ਉਹਨਾਂ ਨੂੰ ਉਹ ਚੀਜ਼ ਚਾਹੀਦੀ ਹੈ ਤੇ ਕੰਪਨੀਆਂ ਬਣਾ ਕੇ ਦੇ ਰਹੀਆਂ ਨੇ ਯੂਜ਼ ਤਾਂ ਲੋਕ ਕਰ ਰਹੇ ਹਨਾ ਲੋਕ ਬੰਦ ਕਰਦੇ ਨੇ ਕੰਪਨੀ ਆਪਣਾ ਫਲॉप ਹੈ ਕਿਤੇ ਇਹ ਦੰਦ ਨਹੀਂ ਵੀ ਭਾਜੀਪੀ ਵਾਲਿਆਂ ਨੇ ਤਾਨੂੰ ਹਾਇਰਤਾ ਨਹੀਂ ਕੀਤਾ ਵੀ ਜਾ ਬਈ ਹੈਰੀ ਸਿੱਧੂ ਪੰਜਾਬ ਚ ਜਾ ਕੇ ਪ੍ਰਚਾਰ ਕਰ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ ਜਿਵੇਂ ਲੋਕ ਵੀ ਕਹਿੰਦੇ ਨੇ ਕਿ ਮੋਦੀ ਦੇਸ਼ ਨੂੰ ਲੁੱਟ ਕੇ ਖਾ ਗਿਆ ਜਾਂ ਖਾ ਰਿਹਾ ਹੈ ਲੁੱਟਣ ਨੂੰ ਯਾਰ ਵਿਚਾਰੇ ਦੇ ਅੱਗੇ ਨਹੀਂ ਪਿੱਛੇ ਨਹੀਂ ਕੋਈ ਸਿੰਪਲ ਜੀ ਗੱਲ ਆ ਵਿਚਾਰਾ ਗਰੀਬ ਬੰਦਾ ਸੀਗਾ ਪੀਐਮ ਬਣ ਗਿਆ ਮੈਨੂੰ ਤਾਂ ਤਰਸ ਆਉਂਦਾ ਹਨਾ ਚਾਰੇ ਨੇ ਮਿਹਨਤ ਦਾ ਕੀਤੀ ਹੋ ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਉਠਾਂਗੇ ਦੇ ਖਬਰਸਾਂ ਨਾਲ ਜੁੜੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅੱਜ ਦਾ ਦੌਰ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਸਿਆਸਤਦਾਨ ਜਾਂ ਫਿਰ ਕੋਈ ਵੀ ਆਮ ਬੰਦਾ ਕਿਸਾਨੀ ਮੋਰਚੇ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬੋਲਣ ਦੀ ਹਿੰਮਤ ਨਹੀਂ ਕਰਦਾ ਇੱਕ ਨੌਜਵਾਨ ਅਜੀਹਾ ਵੀ ਹੈ ਜੋ ਖੁਦ ਕਿਸਾਨੀ ਪਰਿਵਾਰ ਤੋਂ ਆਉਂਦਾ ਹੈ ਪਰ ਉਹ ਕਹਿੰਦਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਤੇ ਸਵਾਲ ਵੀ ਧਰਨੇ ਉੱਤੇ ਚੁੱਕੇ ਗਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਲਈ ਮੌਜੂਦ ਨੇ ਹੈਰੀ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਹੈਰੀ ਬਹੁਤ ਸਵਾਗਤ ਹੈ ਖਬਰ ਸਾਥ ਥੈਂਕ ਯੂ ਥੈਂਕ ਯੂ ਥੈਂਕ ਯੂ ਅ ਤੁਸੀਂ ਖੁਦ ਕਿਸਾਨੀ ਪਰਿਵਾਰ ਤੋਂ ਆਉਂਦੇ ਹੋ ਤੁਸੀਂ ਕਹਿੰਦੇ ਹੋ ਵੀ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਅਜਿਹਾ ਕਿਉਂ ਇੰਨੇ ਕਿਸਾਨ ਉੱਥੇ ਬੈਠੇ ਨੇ ਕਈ ਸੌ ਮਰ ਵੀ ਗਏ ਤੁਸੀਂ ਕਹਿ ਰਹੇ ਹੋ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਭਾਜੀ ਐਕਚੁਅਲੀ ਗੱਲ ਪਤਾ ਕੀ ਹੈ ਸਰਕਾਰ ਵੀ ਗੁਲਾਮ ਹੈ ਅਮਰੀਕਾ ਦੀ ਗੁਲਾਮ ਹੈ ਜਹ ਹਨਾ ਉਹ ਪਹਿਲੇ ਕਰ ਜਾ ਚੁੱਕੀ ਬੈਠੀ ਹੈ ਜਿਵੇਂ ਇੱਕ ਕਿਸਾਨ ਹੈ ਜੱਟ ਹੈ ਆੜਤੀ ਕੋਲ ਜਾਂਦਾ ਹੈਗਾ ਤਾਂ ਉਹ ਆੜਤੀ ਨੂੰ ਕੁਝ ਨਹੀਂ ਕਹਿ ਸਕਦਾ ਠੀਕ ਹੈ ਨਾ ਉਹ ਬੋਲ ਨਹੀਂ ਸਕਦਾ ਤਾਂ ਕਰਕੇ ਮੈਂ ਕਹਿ ਸਕਦਾ ਵੀ ਕਾਨੂੰਨ ਰੱਦ ਨਹੀਂ ਹੋਣੇ ਠੀਕ ਹੈ ਨਾ ਉਹਦੇ ਪਿੱਛੇ ਇਹੀ ਰੀਜ਼ਨ ਹੈ ਕਿ ਸਰਕਾਰ ਦਬਾਅ ਹੇਠ ਹੈ ਠੀਕ ਹੈ ਨਾ ਲੇਕਿਨ ਆਪਣੇ ਲੋਕ ਤਾਂ ਕਹਿੰਦੇ ਨੇ ਦਬਾਅ ਅੰਬਾਨੀ ਐ ਡਾਨੀ ਦਾ ਦਬਾਅ ਤੁਸੀਂ ਕਹਿੰਦੇ ਹੋ ਅਮਰੀਕਾ ਦਾ ਦਬਾਅ ਭਾਜੀ ਅਮਾਨੀ ਡਾਨੀ ਦੀ ਗੱਲ ਨਹੀਂ ਹੈ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਨੇ 1995 ਦੇ ਵਿੱਚ ਆਪਣਾ ਇੱਕ ਸਿਸਟਮ ਬਣਾਇਆ ਸੀਗਾ ਜਿਹੜੇ ਉਹਨੇ ਮਤਲਬ ਕੀਤੇ ਸੀਗੇ ਨਾ ਤੇ ਉਹਦੇ ਵਿੱਚ ਸੀਗਾ ਵੀ ਓਪਨ ਮਾਰਕੀਟ ਕਰ ਦੋ ਜਿਹੜਾ ਬੰਦਾ ਜੋ ਮਰਜ਼ੀ ਕਰੇ ਹਨਾ ਕੰਪਨੀਆਂ ਲਈ ਖੁੱਲਾ ਕਰ ਦੋ ਕੋਈ ਵੈਰੀਅਰ ਨਾ ਹੋਵੇ ਕੰਪਨੀਆਂ ਲਈ ਠੀਕ ਹੈ ਨਾ ਖੁੱਲਾ ਵਪਾਰ ਚੱਲਣ ਦੋ 올 ਓਵਰ ਦੀ ਵਰਲਡ ਠੀਕ ਹੈ ਨਾ ਤਾਂ ਕਰਕੇ ਉਹ ਇੱਕ ਕਾਨੂੰਨ ਲੈ ਕੇ ਆਏ ਠੀਕ ਹੈ ਹਾਂਜੀ ਤੁਸੀਂ ਕਹਿ ਰਹੇ ਹੋ ਇਸ ਕਰਕੇ ਡਬਲਯੂਟੀਕਯੂ ਕਰਕੇ ਕਾਨੂੰਨ ਲਿਆਣਾ ਪਿਆ ਪਰ ਫਿਰ ਇਸ ਜਿਹੜੇ ਮੋਰਚੇ ਦਾ ਉਹ ਅੰਤ ਕੀ ਹੋਣਾ ਹੈ ਸਾਡੇ ਕਿਸਾਨ ਇੰਨੇ ਸਮੇ ਤੋਂ 7 ਮਹੀਨੇ ਦੇ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਉਹ ਬੈਠੇ ਨਹੀਂ ਤੁਸੀਂ ਕਹਿ ਰਹੇ ਹੋ ਰੱਦ ਨਹੀਂ ਹੋਣਾ ਕੇਂਦਰ ਅੜੀ ਹੋਈ ਹੈ ਵੀ ਅਸੀਂ ਰੱਦ ਨਹੀਂ ਕਰਨੀ ਕਾਨੂੰਨ ਫਰੀਦਾ ਨਤੀਜਾ ਕੀ ਨਿਕਲਣਾ ਹੈ ਭਾਜੀ ਨਤੀਜਾ ਮਾੜਾ ਹੀ ਆਊਗਾ ਇਹਦਾ ਕੋਈ ਨੁਕਸਾਨ ਲੋਕਾਂ ਦਾ ਹੋਣਾ ਕਿਸਾਨਾਂ ਦਾ ਹੋਣਾ ਪੁਲਿਸ ਦਾ ਹੋਣਾ ਆਮ ਲੋਕਾਂ ਦੇ ਨੁਕਸਾਨ ਹੋਊਗਾ ਸਰਕਾਰ ਦਾ ਨੁਕਸਾਨ ਨਹੀਂ ਹੋਣਾ ਸਿੰਪਲ ਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਗੱਲ ਤਾਂ ਕਿਸਾਨ ਕਹਿ ਰਹੇ ਨੇ ਨਾ ਵੀ ਜੇ ਕਾਨੂੰਨ ਆਗੇ ਤਾਂ ਨੁਕਸਾਨ ਸਾਡਾ ਹੈ ਭਾਜੀ ਕਿਸਾਨ ਸਟੈਪ ਨਵਾਂ ਚੁੱਕ ਲੈਣ ਐਕਸ਼ਨ ਲੈ ਲੈਣ ਕੰਪਨੀ ਬਣਾ ਲੈਣ ਆਪਣੀ ਕਾਨੂੰਨ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਨਾ ਕਿਸਾਨ ਇਕੱਠੇ ਹੋ ਜਾਣ ਜੁੰਡੀ ਬਣਾ ਲੈਣ ਤੇ ਆਪਣੀ ਕੰਪਨੀ ਬਣਾ ਲੈਣ ਉਹਦੇ ਥਰੂ ਆਪਣੇ ਪ੍ਰੋਡਕਟ ਵੇਚਣ ਠੀਕ ਹੈ ਨਾ ਕਸਟਮਰ ਤੱਕ ਪ੍ਰੋਸੈਸ ਕਰਕੇ ਕਸਟਮਰ ਤੱਕ ਉਹ ਖੁਦ ਆਪਣੀ ਕੰਪਨੀ ਦੇ ਥਰੂ ਵੇਚਣ ਹੁਣ ਇਹ ਗੱਲ ਕਹਿਣਗੇ ਕਿਸਾਨ ਕੀ ਅਸੀਂ ਕੰਪਨੀ ਕਿਵੇਂ ਬਣਾਵਾਂਗੇ ਇਸ ਤੱਕ ਘਰੇ ਬੈਠੇ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕੰਪਨੀ ਕਿਹੜੇ ਵੇਲੇ ਚੱਲ ਰਹੀ ਹੈ ਕੌਣ ਚਲਾ ਰਿਹਾ ਠੀਕ ਹੈ ਨਾ ਉਹ ਆਪਣੇ ਆਪ ਸਿਸਟਮ ਦੇ ਸਾਹਮਣੇ ਕੰਪਨੀ ਚੱਲਦੀ ਹੈ ਲੇਕਿਨ ਹਰੀ ਭਾਈ ਤੁਹਾਨੂੰ ਲੱਗਦਾ ਨਹੀਂ ਅਭੀ ਕੈਣੀ ਤੇ ਕਰਨੀ ਦੇ ਵਿੱਚ ਫਰਕ ਬੜਾ ਹੁੰਦਾ ਭਾਜੀ ਹੁਣ ਮੇਰੀ ਗੱਲ ਸੁਣ ਲੋਕ 550 ਲੋਕੀ ਉੱਥੇ ਮਰ ਗਏ ਐ ਉਹਦੇ ਨਾਲ ਤਾਂ ਵਧੀਆ ਆਪਾਂ ਇੱਕ ਕੰਮ ਕਰ ਲਈਏ ਕੰਮ ਔਖਾ ਹੈ ਜਾਂ ਮੌਤ ਮੌਤ ਔਖੀ ਹੈ ਮੇਰੇ ਸਾਹਮਣੇ ਨਾਲ ਮੌਤ ਦੇ ਨਾਲ ਪਰਿਵਾਰ ਖਤਮ ਹੋ ਜਾਂਦੇ ਠੀਕ ਹੈ ਨਾ ਤਾਂ ਕੰਮ ਤਾਂ ਬੰਦੇ ਨੂੰ ਕਰਨਾ ਹੀ ਪੈਣਾ ਤਾਂ ਕਿਹੜੀ ਵੱਡੀ ਗੱਲ ਕੰਪਨੀ ਖੋਲਣਾ ਕੋਈ ਵੱਡੀ ਗੱਲ ਨਹੀਂ ਲੋਕਾਂ ਨੂੰ ਲੱਗ ਰਿਹਾ ਕਿ ਕੰਪਨੀ ਵੱਡੀ ਚੀਜ਼ ਹੈ ਪਰ ਮੈਂ ਕਹਿੰਦਾ ਬਹੁਤ ਛੋਟੀ ਗੱਲ ਹੈ ਕੰਪਨੀ ਇਨੇ ਕਰੋੜਾਂ ਲੋਕਾਂ ਲਈ ਕਰੋੜਾਂ ਕਿਸਾਨਾਂ ਲਈ ਬਹੁਤ ਛੋਟੀ ਜੀ ਗੱਲ ਹੈ ਬਾਜੀ ਬੰਦੇ ਨੇ ਕਿਸ ਨੇ ਨਵੀਂ ਦੁਕਾਨ ਖੋਲਣੀ ਹੋਵੇ ਉਹ ਪੰਬਲ ਪੁਸੇ ਚ ਪਿਆ ਰਹਿੰਦਾ ਤੁਸੀਂ ਕਹਿੰਦੇ ਹੋ ਕੰਪਨੀ ਖੋਲ ਲਓ ਯੈਸ ਉਹੀ ਗੱਲ ਹੈ ਬਾਜੀ ਇਕੱਲੇ ਬੰਦੇ ਲਈ ਕੋਈ ਵੀ ਕੰਮ ਔਖਾ ਹੁੰਦਾ ਪਰ ਜਦੋਂ ਕਰੋਨਾ ਲੋਕ ਨਾਲ ਜੁੜ ਜਾਂਦੇ ਆ ਉਹੀ ਕੰਮ ਬੜਾ ਈਜ਼ੀ ਹੋ ਜਾਂਦਾ ਇਹ ਸੋਚ ਕੇ ਤਾਂ ਸਾਰੇ ਧਰਨੇ ਤੇ ਬੈਠੇ ਆ ਲੱਖਾਂ ਲੋਕ ਇਕੱਠੇ ਹੋ ਕੇ ਬੈਠਿਆ ਵੀ ਚਲੋ ਇਕੱਠੇ ਹੋ ਕੇ ਲੜਾਂਗੇ ਤਾਂ ਜਿੱਤਾਂਗੇ ਅਸੀਂ ਪਰ ਉਹ ਗਲਤ ਉਹ ਸੋਚ ਸੋਚ ਉਹਨਾਂ ਦੀ ਗਲਤ ਹੈ ਨਾ ਉਹਨਾਂ ਨੇ ਕਿਹਾ ਵੀ ਸਰਕਾਰ ਨੇ ਕਿਹਾ ਤਾਂ ਵੀ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਲੋ ਜਿਵੇਂ ਮਰਜ਼ੀ ਵੇਚ ਲਓ ਸਰਕਾਰ ਨੇ ਇਹ ਗੱਲ ਕਹਤੀ ਕਿਸਾਨਾਂ ਨੂੰ ਕਿਉਂਕਿ ਸਰਕਾਰ ਟੈਕਸ ਤੋਂ ਪੈਸਾ ਇਕੱਠਾ ਕਰਦੀ ਹੈ ਤੇ ਕਿਸਾਨ ਨੂੰ ਦੇ ਰਹੀ ਹੈ ਉਸ ਤੋਂ ਬਾਅਦ ਜਿਹੜੀ ਉਹ ਫਸਲ ਹੈ ਆਪਣੀ ਜੇ 2000 ਕੁਇੰਟਲ ਖਰੀਦੀ ਹੈ ਕਣਕ ਝੋਨਾ ਤਾਂ ਉਹ ਜਿਹੜੇ ਆਮ ਲੋਕਾਂ ਨੂੰ ਵੇਚਦੀ ਹੈ 2 ਜਾਂ 3 ਰੁਪਏ ਕਿਲੋ ਕਣਕ ਜਾਂ ਚਾਵਲ ਵੇਚਦੀ ਹੈ ਹਨਾ ਉਹਦੇ ਨਾਲ ਸਰਕਾਰ ਨੂੰ ਘਾਟਾ ਪੈਂਦਾ ਤੇ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਹ ਕਹਿੰਦਾ ਵੀ ਤੁਸੀਂ ਲੋਕਾਂ ਨੂੰ ਫ੍ਰੀडम ਦਿਓ ਇੰਡੀਪੈਂਡੈਂਟ ਕਰ ਦਿਓ ਠੀਕ ਹੈ ਨਾ ਆਪਣੇ ਆਪ ਕਮਾਉਣਗੇ ਆਪਣੇ ਆਪ ਖਾਣਗੇ ਠੀਕ ਹੈ ਨਾ ਤੁਸੀਂ ਆਪਣੇ ਆਪ ਨੂੰ ਘਾਟੇ 'ਚ ਨਾ ਲੈ ਕੇ ਜਾਓ ਠੀਕ ਹੈ ਨਾ ਤਾਂ ਕਰਕੇ ਸਰਕਾਰ ਉਹਨਾਂ ਨੂੰ ਦੇਣਾ ਨਹੀਂ ਚਾਹੁੰਦੀ ਉਹ ਚੀਜ਼ ਜੇ ਆਪਣੇ ਆਪ ਹੀ ਲੋਕਾਂ ਨੇ ਕਮਾਉਣਾ ਹੈ ਆਪਣੇ ਆਪ ਹੀ ਖਾਣਾ ਹੈ ਚਲੋ ਕਮਾਉਣਾ ਤਾਂ ਆਪਣੇ ਆਪ ਇਹਦਾ ਹੀ ਹੈ ਪਰ ਜ਼ਰੀਏ ਦਾ ਸਰਕਾਰ ਬਣਾਵੇ ਨਾ ਸਰਕਾਰ ਚੁਣਦੇ ਲੋਕ ਕਿਉਂ ਨੇ ਤਾਂ ਹੀ ਚੁਣਦੇ ਨੇ ਵੀ ਅਸੀਂ ਆਰਾਮ ਨਾਲ ਜੀ ਸਕੀਏ ਸਾਡੇ ਸਾਡੀ ਨੌਕਰੀ ਦਾ ਹੁਣ ਤੁਸੀਂ ਦੂਰ ਕੰਨ ਜਾਣਾ ਹੈ ਪੰਜਾਬ ਦਾ ਹੀ ਲੈ ਲਓ 2017 ਦੇ ਵਿੱਚ ਘਰ ਘਰ ਰੋਜ਼ਗਾਰ ਦਾ ਸੀਗਾ ਰੋਜ਼ਗਾਰ ਦਾ ਦੇਖ ਲਓ ਬੇੜਾ ਕਰਕੇ ਕੀ ਕੀਤਾ ਪਏ ਬਾਜੀ ਉਹ ਚੀਜ਼ ਨਾਲ ਫਾਇਦਾ ਸਰਕਾਰਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ ਸਰਕਾਰਾਂ ਕੋਲ ਆਈਡੀਆਜ਼ ਨਹੀਂ ਹੈਗੇ ਜਿੰਨਾ ਟਾਈਮ ਆਈਡੀਆਜ਼ ਨਹੀਂ ਹੈਗੇ ਆਈਡੀਆ ਆਮ ਲੋਕਾਂ ਨੇ ਦੇਣੇ ਆ ਸਰਕਾਰ ਨੇ ਕੋਈ ਆਈਡੀਆ ਨਹੀਂ ਦੇਣਾ ਹੈਗਾ ਸਰਕਾਰ ਸਿਰਫ ਤੁਹਾਨੂੰ ਲੋਨ ਸੈਂਕਸ਼ਨ ਕਰਵਾ ਸਕਦੀ ਹੈ ਥੋੜਾ ਬਹੁਤ ਹੈ ਜਿੰਨਾ 20 ਲੱਖ ਕਰੋੜ ਦੇ ਹਰ ਸਾਲ ਸੈਂਟਰ ਗਵਰਨਮੈਂਟ ਲੋਨ ਦਿੰਦੀ ਹੈ ਕੰਪਨੀਆਂ ਵੀ ਤੁਸੀਂ ਆਪਣੇ ਕੰਮ ਸਟਾਰਟ ਕਰੋ ਠੀਕ ਹੈ ਕੰਮ ਸਟਾਰਟ ਕਰਕੇ ਤੁਸੀਂ ਆਪਣਾ ਪੂਰੇ ਵਰਲਡ ਦੇ ਵਿੱਚ ਵੇਚੋ ਹਨਾ ਉਸ ਤੋਂ ਬਾਅਦ ਸਾਨੂੰ ਵਾਪਸ ਕਰ ਦਿਓ ਲੋਨ ਹੈਨਾ ਉਹ ਚੀਜ਼ ਸਰਕਾਰ ਕਰ ਸਕਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੀ ਤੁਸੀਂ ਕਹਿੰਦੇ ਜਿਹੜੇ ਆਈਡੀਆਜ਼ ਨੇ ਆਮ ਆਮ ਲੋਕਾਂ ਨੇ ਦੇਣੇ ਨੇ ਆਮ ਆਦਮੀ ਦਾ ਕੀ ਕਿ ਗਈਏ ਕਹਿੰਦੇ 300 ਯੂਨਟ ਫਰੀ ਦੇ ਦਾਂਗੇ ਅਸੀਂ ਤੁਸੀਂ ਕਹਿੰਦੇ ਆਈਡੀਆ ਦੇਣੇ ਉਹਨੇ ਨਹੀਂ ਨਹੀਂ ਮੇਰੇ ਸਾ ਮੇਰਾ ਮਤਲਬ ਇਹ ਹੈ ਵੀ ਕੋਈ ਵੀ 99% ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹ ਆਮ ਲੋਕਾਂ ਨੇ ਬਣਾਈਆਂ ਹਨਾ ਇੱਕ ਕਾਰਪੋਰੇਟ ਇੱਕ ਕੰਪਨੀਆਂ ਨੇ ਬਣਾਈਆਂ ਹਨਾ ਤਾਂ ਤੁਸੀਂ ਇਹ ਨਹੀਂ ਨਾ ਕਹਿ ਸਕਦੇ ਹੈਗੇ ਵੀ ਆ ਚੀਜ਼ ਐ ਹੋ ਜਾਊਗੀ ਤਾਂ ਉਹ ਚੀਜ਼ ਬਹੁਤ ਜ਼ਰੂਰੀ ਹੈ ਕਿ ਲੋਕ ਕਮ ਆਪਣਾ ਆਪਣੇ ਹਿਸਾਬ ਨਾਲ ਕਰਨ ਸਰਕਾਰਾਂ ਨੇ ਉਹਨਾਂ ਨੂੰ ਕੁਝ ਨਹੀਂ ਦੇਣਾ ਇਸ ਟਾਈਪ ਦਾ 300 300 ਜੂਨ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਲੋਕਾਂ ਨੂੰ ਤੁਸੀਂ ਤਾਂ ਖਰੀਦ ਰਹੇ ਹੋ ਲੋਕਾਂ ਨੂੰ ਵੋਟਾਂ ਖਰੀਦ ਰਹੇ ਹੋ ਉਹਦੇ ਨਾਲ ਕੋਈ ਵਾਲਾ ਫਰਕ ਨਹੀਂ ਪੈਣ ਲੱਗਿਆ ਤੁਸੀਂ ਵਿਕੋ ਨਾ ਮੈਂ ਤੈਨੂੰ ਸਿੰਪਲ ਜੀ ਗੱਲ ਕਹਿਣਾ ਤੁਸੀਂ ਆਪਣੇ ਆਪ ਚ ਕੰਮ ਕਰੋ ਵਧੀਆ ਇਕੱਠੇ ਹੋ ਕੇ ਕੰਮ ਕਰੋ ਹਰ ਕਿਸੇ ਬੰਦੇ ਨੂੰ ਸਪੋਰਟ ਕਰੋ ਹਨਾ ਜੇ ਕੋਈ ਵਧੀਆ ਬੰਦਾ ਤੁਹਾਡੇ ਵਧੀਆ ਆਈਡੀਆ ਲੈ ਕੇ ਆ ਰਿਹਾ ਉਹਨੂੰ ਸਪੋਰਟ ਕਰੋ ਇੱਕ ਸਿਸਟਮ ਤੁਹਾਡੇ ਲਈ ਮੈਂ ਲੋਕਾਂ ਲਈ ਇੱਕ ਸਿਸਟਮ ਜਨਰੇਟ ਕਰਨਾ ਚਾਹੁੰਨਾ ਜਿਹੜਾ ਕਿ ਹਰ ਇੱਕ ਬੰਦੇ ਨੂੰ ਸਪੋਰਟ ਕਰੇਗਾ ਜਿਹਦੇ ਨਾਲ ਕੀ ਜੇ ਗਰੀਬ ਵੀ ਆ ਉਹਨੂੰ ਵੀ ਸਪੋਰਟ ਕਰੇਗਾ ਅਮੀਰ ਆ ਉਹਨੂੰ ਵੀ ਸਪੋਰਟ ਕਰੇਗਾ ਹਰ ਇੱਕ ਬੰਦੇ ਨੂੰ ਉੱਪਰ ਲੈ ਕੇ ਜਾਏਗਾ ਨੀਚੇ ਨਹੀਂ ਲੈ ਕੇ ਜਾਏ ਉਹ ਸਿਸਟਮ ਦੇ ਲਈ ਸਾਨੂੰ ਇਕੱਠਾ ਤਾਂ ਹੋਣਾ ਪੈਣਾ ਹੈ ਨਾ ਯੈਸ ਬਹੁਤ ਜ਼ਰੂਰੀ ਹੈ ਅਣਾ ਇਕੱਠਾ ਹੋਣਾ ਇਕੱਠਾ ਹੋਣਾ ਪੈਣਾ ਹੈ ਮੈਂ ਇਕੱਠੇ ਹੋਣ ਦੀ ਸਵਾਲ ਕਰਾਂਗਾ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਪੰਚਾਇਤੀ ਚੋਣਾਂ ਹੁਣ ਦੁਬਾਰਾ ਆਣੀਆਂ ਫਿਰ ਦੇਖ ਲਿਓ ਪੰਜਾਬ ਜਿਵੇਂ ਖੂਨੋਂ ਖੂਨ ਹੁੰਦਾ ਹੈ ਪੰਚਾਇਤਾਂ ਵੇਲੇ ਤਾਂ ਇਕੱਠੇ ਨਹੀਂ ਹੋ ਸਕਦੇ ਤੁਸੀਂ ਕਹਿ ਰਹੇ ਹੋ ਵੀ ਹੁਣ ਆਪਣੇ ਭਵਿੱਖ ਵਾਸਤੇ ਇਕੱਠੇ ਹੋਣਗੇ ਇਹ ਜਾਂ ਸਿਸਟਮ ਨੂੰ ਚੇਂਜ ਕਰਨ ਵਾਸਤੇ ਇਕੱਠੇ ਹੋਣਗੇ ਉਹ ਕਿਵੇਂ ਹੋ ਜਾਣ ਬੀ ਐਮ ਐਕ ਬਣਨਾ ਤੇ ਉਹ ਚੀਜ਼ ਇੱਕ ਬਣੀ ਆ ਉਹਨਾਂ 'ਚ ਇੱਕ ਬੰਦੇ ਦਾ ਫਾਇਦਾ ਇੱਕ ਦਾ ਨੁਕਸਾਨ ਹੁੰਦਾ ਠੀਕ ਹੈ ਪਰ ਜਦੋਂ ਆਪਾਂ ਹਰ ਇੱਕ ਦਿਨ ਇੰਟਰਸਟ ਦੀ ਗੱਲ ਕਰਾਂਗੇ ਹਰ ਕਿਸੇ ਨੂੰ ਫਾਇਦੇ 'ਚ ਲੈ ਕੇ ਚੱਲਾਂਗੇ ਤਾਂ ਲੋਕ ਇਕੱਠੇ ਹੋਣਗੇ ਮੈਂ ਤੁਹਾਡਾ ਕਹਿੰਦਾ ਭਾਵੇਂ ਇਹ ਸਭ ਨੂੰ ਮੁੱਖ ਮੰਤਰੀ ਬਣਾ ਦਿਓ ਸਭ ਨੂੰ ਪ੍ਰਧਾਨ ਮੰਤਰੀ ਬਣਾ ਦਿਓ ਐਦਾਂ ਨਹੀਂ ਭਾਜੀ ਐਵੇਂ ਨਹੀਂ ਹੁੰਦਾ ਬਿਜ਼ਨਸ ਦੀ ਕਲ ਅਲੱਗ ਹੈ ਜਿਹੜੇ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੈ ਉਹਦੇ ਵਿੱਚ ਤਾਂ ਲੜਾਈਆਂ ਹਮੇਸ਼ਾ ਹੁੰਦੀਆਂ ਰਹਿਣਗੀਆਂ ਕਿਉਂਕਿ ਇਹਦੇ ਵਿੱਚ ਟੈਲੈਂਟ ਦੀ ਗੱਲ ਹੈ ਜੇ ਤੁਹਾਡੇ 'ਚ ਟੈਲੈਂਟ ਹੈਗਾ ਤੁਸੀਂ ਕੰਮ ਕਰੋ ਜਿੰਨੇ ਮਰਜ਼ੀ ਪੈਸੇ ਲਓ ਕੰਪਨੀ ਤੋਂ ਹਣੇ ਉਹੀ ਗੱਲ ਹੈ ਜਿਹੜੀ ਸਰਕਾਰ ਹੈ ਸਰਕਾਰ ਦੇ ਦੇ ਵਿੱਚ ਇੱਕ ਸੀਐਮ ਬਣਨਾ ਉਹ ਸੀਐਮ ਦੀ ਕੁਰਸੀ ਪਿੱਛੇ ਲੋਕ ਲੜ ਰਹੇ ਹਨ ਹੋਰ ਕੋਈ ਨਹੀਂ ਹੈਗਾ ਹੁਣ ਜੇ ਮੰਨ ਲਓ ਕਿਸੇ ਟੈਲੈਂਟ ਹੈਗਾ ਕਿ ਬੜੀਆ ਕੰਮ ਕਰ ਰਿਹਾ ਤਾਂ ਆਪਣੇ ਆਪ ਉੱਪਰ ਆਏਗਾ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਵੀ ਦੱਸ ਵੀ ਤੈਨੂੰ ਕਿੰਨਾ ਚਾਹੀਦਾ ਤੇਰੀ ਖੁਆਇਸ਼ ਦੇ ਅਕੋਰਡਿੰਗ ਬੰਦੇ ਤੋਂ ਪੁੱਛਿਆ ਜਾਵੇ ਵੀ ਤੈਨੂੰ ਕਿਹੜਾ ਕੰਮ ਚਾਹੀਦਾ ਦੱਸ ਉਹ ਖੁਸ਼ ਹੋ ਕੇ ਦੱਸੇ ਕਿ ਮੈਨੂੰ ਆਹ ਕੰਮ ਚਾਹੀਦਾ ਔਰ ਬੰਦਾ ਆਪਣੇ ਆਪ ਦੱਸੇਗਾ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਕਿ ਤੂੰ ਤੈਨੂੰ ਕੀ ਚਾਹੀਦਾ ਦਿਓ ਨਾ ਅਗਦੇ ਤੋਂ ਪੁੱਛੋ ਵੀ ਤੁਹਾਨੂੰ ਦੱਸੋ ਕੀ ਚਾਹੀਦਾ ਉਦੇ ਉਦੇ ਅਕੋਰਡਿੰਗ ਕੰਮ ਕਰੋ ਉਹਦੇ ਲਈ ਉਹ ਫਿਰ ਬੰਦਾ ਖੁਸ਼ ਹੋਏਗਾ ਖੁਆਇਸ਼ਾਂ ਦਾ ਕਦੇ ਕਿਸੇ ਦੀ ਪੂਰੀਆਂ ਹੋਈਆਂ ਹੀ ਨਹੀਂ ਭਾਜੀ ਐਂ ਤਾਂ ਫਿਰ ਉਹ ਤਾਂ ਮੈਂ ਤਾਂ ਨ ਸਿੰਪਲ ਜੀ ਗੱਲ ਦੱਸਾਂ ਜੇ ਅੱਜ ਬੰਦੇ ਦਾ ਭੁੱਖਾ ਹੈ ਤਾ ਉਹਨੂੰ ਰੋਟੀ ਦੀ ਖੁਸ਼ ਹੋ ਪਰ ਜਦੋਂ ਰੋਟੀ ਪੇਟ 'ਚ ਚੱਲ ਗਈ ਨਾ ਉਹਦੀਆਂ ਸੌ ਖੁਸ਼ੀਆਂ ਹੋਰ ਵਧਣਗੀਆਂ ਪਰ ਉਹ ਜ਼ਰੂਰੀ ਹੈ ਬਦਲਣੀ ਜ਼ਰੂਰੀ ਹੈ ਕਿਉਂਕਿ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਜੇ ਬੰਦਾ ਅੱਗੇ ਵਧ ਰਿਹਾ ਤਾਂ ਖੁਆਇਸ਼ਾਂ ਤਾਂ ਹੋਣਗੀਆਂ ਲੇਕਿਨ ਜੇ ਡਿਵੈਲਪਮੈਂਟ ਜ਼ਰੂਰੀ ਹੈ ਬੰਦੇ ਦਾ ਅੱਗੇ ਵਧਣਾ ਵੀ ਜ਼ਰੂਰੀ ਹੈ ਤੇ ਸਰਕਾਰ ਲਈ ਵੀ ਇਹ ਜ਼ਰੂਰੀ ਹੈ ਕਿ ਸਾਰੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੀਏ ਹੋਰ ਤਾਂ ਹੋਰ ਬੀਜੇਪੀ ਦਾ ਨਾਰਾ ਇਹੀ ਸੀ ਸਭ ਦਾ ਸਾਥ ਸਭ ਦਾ ਵਿਕਾਸ ਹੁਣ ਸਾਰੇ ਤਾਂ ਦਿੱਲੀ ਦੇ ਬਰੂਹਾਂ ਤੇ ਬੈਠੇ ਨੇ ਅੱਛਾ ਤੁਹਾਨੂੰ ਨਹੀਂ ਲੱਗਦਾ ਵੀ ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ ਜੇ ਇੰਨੇ ਕਿਸਾਨ ਕਹਿ ਰਹੇ ਨੇ ਤਾਂ ਰੱਦ ਕਰ ਹੀ ਦੇਣੇ ਚਾਹੀਦੇ ਨੇ ਪਾਜੀ ਸਰਕਾਰ ਦਵਾਉ ਹਟਾ ਜਿਵੇਂ ਇਧਰੋਂ ਕਿਸਾਨ ਜੁਨੀਅਨ ਜਿਹੜੇ ਲੀਡਰ ਹੈ ਉਹ ਪਿੱਛੇ ਨਹੀਂ ਵਾਪਸ ਜਾ ਰਹੇ ਕਿਸਾਨ ਲੋਕਾਂ ਤੋਂ ਡਰਦੇ ਹੋਏ ਜਾਂ ਜੋ ਵੀ ਹੈ ਹਨਾ ਪ੍ਰੈਸ਼ਰ ਹੈ ਉਹਨਾਂ ਦਾ ਵੀ ਤਾਂ ਉਹੀ ਗੱਲ ਪਿੱਛੇ ਤੋਂ ਪੂਰੀ ਵਰਲਡ ਦਾ ਪ੍ਰੈਸ਼ਰ ਹੈ ਸਰਕਾਰ ਦੇ ਉੱਪਰ ਵੀ ਤੁਸੀਂ ਰੱਦ ਨਹੀਂ ਕਰਨੇ ਤੁਸੀਂ ਐਮੈਂਡਮੈਂਟ ਕਰਵਾ ਦਿਓ ਜੇ ਮੰਨਦੇ ਠੀਕ ਹੈ ਓਕੇ ਹਨਾ ਤਾਂ ਉਹੀ ਗੱਲ ਇੱਕੋ ਚੀਜ਼ ਪ੍ਰੈਸ਼ਰ ਦੋਨਾਂ ਤੋਂ ਇਕੱਠਾ ਹੋਇਆ ਹੋਇਆ ਤਾਂ ਉਹ ਚੀਜ਼ ਹੋਣਾ ਨਹੀਂ ਤੁਹਾਡੀ ਕੈਲਕੂਲੇਸ਼ਨ ਕੀ ਕਹਿੰਦੀ ਹੈ ਜਿਹੜੇ ਇਹ ਫਾਰਮ ਲਾਜ਼ ਨਵੇਂ ਆਏ ਨੇ ਖੇਤੀ ਕਾਨੂੰਨ ਇਹ ਠੀਕ ਨੇ ਜਾਂ ਗਲਤ ਨੇ ਮੈਂ ਕਹਨਾ ਜੇ ਗਲਤ ਵੀ ਹੋਣਗੇ ਠੀਕ ਹੈ ਨਾ ਉਹਨੂੰ ਤੁਸੀਂ ਐਮੈਂਡਮੈਂਟ ਕਰਵਾ ਦਿਓ ਸਿੰਪਲ ਜੀ ਗੱਲ ਹੈ ਮੇਰੇ ਹਿਸਾਬ ਨਾਲ ਜਿੰਨੀ ਤੁਹਾਡੇ ਚ ਪਾਵਰ ਹੈਗੀ ਹੈ ਤੁਸੀਂ ਬਹੁਤ ਕੁਝ ਕਰਵਾ ਸਕਦੇ ਹੋ ਤੁਸੀਂ ਐਮੈਂਡਮੈਂਟ ਕਰਵਾ ਲਓ ਤੁਹਾਨੂੰ ਲੱਗਦਾ ਕਿਸੇ ਚੀਜ਼ ਚ ਘਾਟ ਹੈ ਤੁਸੀਂ ਐਮੈਂਡਮੈਂਟ ਕਰਵਾ ਦਿਓ ਉਹ ਖਤਮ ਹੀ ਕਰ ਦਿਓ ਉਹਦਾ ਜੜੀ ਖਤਮ ਕਰ ਦਿਓ ਰਿਟਨ ਦੇ ਵਿੱਚ ਹੀ ਹੈ ਵੀ ਤੁਸੀਂ ਆਹ ਸਟੋरेज ਨਹੀਂ ਕਰ ਸਕਦੇ ਕਹ ਦਿਓ ਖਤਮ ਹੈ ਹੈਨਾ ਬਾਕੀ ਜਿਹੜੀਆਂ ਆ ਚੀਜ਼ਾਂ ਹੈਗੀਆਂ ਵੀ ਤੁਸੀਂ ਕੋਰਟ ਨਹੀਂ ਜਾ ਸਕਦੇ ਤੁਸੀਂ ਕਹਦੇ ਕੋਰਟ ਜਾ ਸਕਦੇ ਤੁਸੀਂ ਲਿਖ ਕੇ ਦੇ ਦਿਓ ਸਿੰਪਲ ਜੀ ਗੱਲ ਹੈ ਤੁਸੀਂ ਕਿਉਂ ਇੱਕ ਚੀਜ਼ ਦੇ ਉੱਪਰ ਡਰੇ ਹੋਏ ਹੋ ਤੇ ਲੋਕ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹ ਚੀਜ਼ ਦੇ ਨਾਲ ਤੁਹਾਡੇ ਦੇਸ਼ ਨੂੰ ਨੁਕਸਾਨ ਹੋ ਰਿਹਾ ਫਾਇਦਾ ਕਿਸੇ ਨੂੰ ਨਹੀਂ ਹੋ ਰਿਹਾ ਸਰਕਾਰ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਉਹ ਤਾਂ ਜਿਹੜੇ ਬੰਦੇ ਪੀਐਮ ਐਸ ਹੀ ਐਮਾ ਜੋ ਵੀ ਹੈ ਆ ਕੇ ਚੱਲ ਜਾਣਗੇ ਉਹਨਾਂ ਨੇ ਪੈਸੇ ਕਮਾ ਲੈਣੇ ਆ ਨੁਕਸਾਨ ਆਮ ਲੋਕਾਂ ਦਾ ਹੋਣਾ ਤੁਸੀਂ ਕਹਿ ਰਹੇ ਹੋ ਨੁਕਸਾਨ ਆਮ ਲੋਕਾਂ ਦਾ ਹੋਣਾ ਹੈ ਪਰ ਗੱਲਾਂ ਇਹ ਵੀ ਨਹੀਂ ਵੀ ਜੇ ਬਿਨਾਂ ਰੱਦ ਕਰਵਾਏ ਵਾਪਸ ਆਏ ਤਾਂ ਵੀ ਜੁੰਦੇ ਨਹੀਂ ਰਹਿਾਂਗੇ ਜ਼ਮੀਨਾਂ ਵੀ ਚੱਲ ਜਾਣੀਆਂ ਨੇ ਹੋਂ ਦਾ ਸਵਾਲ ਇਹ ਬਾਰ ਬਾਰ ਗੱਲ ਆ ਰਹੀ ਹੈ ਵੀ ਹੋਂ ਦਾ ਸਵਾਲ ਹੈ ਇਹ ਤਾਂ ਇਹ ਜੀ ਇਹ ਜੀ ਕੋਈ ਗੱਲ ਨਹੀਂ ਭਾਜੀ ਜਿੰਨਾ ਕੋਲ ਨਹੀਂ ਵੀ ਜ਼ਮੀਨ ਹੈਗੀ ਜਿੰਦੇ ਤਾਂ ਉਹ ਵੀ ਪਏ ਠੀਕ ਹੈ ਨਾ ਤੁਸੀਂ ਸਿਸਟਮ ਦੇ ਨਾਲ ਲੜੋ ਤੁਸੀਂ ਸਿਸਟਮ ਦੇ ਨਾਲ ਲੜੋ ਜਿਹੜੀ ਚੀਜ਼ ਤੁਹਾਨੂੰ ਤੁਸੀਂ ਨਾ ਵੇਚੋ ਉਹਨਾਂ ਨੂੰ ਤੁਸੀਂ ਆਪਣੀ ਕੰਪਨੀ ਬਣਾਓ ਉਹਦੇ ਲਈ ਟਾਈਮ ਲੱਗੂਗਾ ਉਹਦੇ ਲਈ ਤੁਸੀਂ ਵਰਕ ਕਰੋ ਕੰਮ ਦੇ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਜੇ ਤੁਸੀਂ ਕਹੋਗੇ ਡਰੀ ਜਾਓਗੇ ਕੰਪਨੀਆਂ ਤੋਂ ਵੀ ਕਾਨੂੰਨ ਪਤਾ ਨਹੀਂ ਕੀ ਕਰ ਦੇਣਗੇ ਕਿਹੜੀ ਵੱਡੀ ਗੱਲ ਹੋ ਗਈ ਯਾਰ ਆਉਣਗੇ ਤਾਂ ਤੁਹਾਡੇ ਖੇਤਾਂ 'ਚ ਹੀ ਤੁਸੀਂ ਕਿਤਾ ਜਾ ਕੇ ਸਿੱਟ ਲਿਓ ਸਿੰਪਲ ਜੀ ਗੱਲ ਮੈਂ ਤੁਹਾਨੂੰ ਕਿ ਇੱਕ ਇੱਕੋ ਹੀ ਕਾਲ ਗਾਹਾਂਗਾ ਐਂਡ ਤੇ ਫਿਰ ਐਦਾਂ ਤਾਂ ਕੁਝ ਨਹੀਂ ਹੋ ਸਕਦਾ ਇਹ ਮੈਂ ਲੇਕਿਨ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਚਲੋ ਕਿਸਾਨਾਂ ਨੂੰ ਚਾਹੀਦਾ ਵੀ ਐਮੈਂਡਮੈਂਟ ਕਰਵਾ ਲਓ ਜੋ ਤੁਸੀਂ ਚਾਹੁੰਨੀ ਹੋ ਐਮੈਂਡਮੈਂਟ ਕਰਵਾ ਲਓ ਕਿਸਾਨ ਹੀ ਐਮੈਂਡਮੈਂਟ ਕਿਉਂ ਕਰਵਾਉਣ ਕੇਂਦਰ ਸਰਕਾਰ ਰੱਦ ਕਰ ਦੇਵੇ ਕਾਨੂੰਨ ਬਾਜੀ ਉਹ ਪਿੱਛੋਂ ਪ੍ਰੈਸ਼ਰ ਹੈ ਤੁਸੀਂ ਪ੍ਰੈਸ਼ਰ ਤਾਂ ਇੱਧੇ ਪਾਸੇ ਵੀ ਆ ਗਿਆ ਹੁਣ ਇਹ ਵੀ ਕੀ ਕਰਨ ਕਿਸਾਨ ਜਿਹੜੇ ਉੱਥੇ ਬੈਠੇ ਨੇ ਆਗੂ ਬੈਠੇ ਨੇ ਪ੍ਰੈਸ਼ਰ ਉਹਨਾਂ ਦੇ ਕਿਹੜਾ ਘਟ ਹੈਗਾ ਤੇ ਫਿਰ ਉਹ ਮੇਰੀ ਗੱਲ ਸੁਣੋ ਭਾਜੀ ਪੀਐਮ ਦੀ ਅਥਾਰਟੀ ਆ ਉਹਦੇ ਕੋਲ ਪਾਵਰ ਹੈ ਪਰ ਕਿਸਾਨਾਂ ਕੋਲ ਪਾਵਰ ਨਹੀਂ ਆ ਜਿਹਦੇ ਟਾਈਮ ਇਹਨੂੰ ਪਾਵਰ ਦੇਣ ਵਾਲੇ ਵੀ ਤਾਂ ਲੋਕ ਨੇ ਨਾ ਫਿਰ ਉਹਦੋਂ ਉਹਨਾਂ ਦਾ ਇੱਕ ਦਿਨ ਹੁੰਦਾ ਹੈ ਪਰ ਉਸ ਤੋਂ ਬਾਅਦ 5 ਸਾਲ ਸਰਕਾਰ ਦੀ ਡਿਊਟੀ ਹੈ ਉਸ ਤੋਂ ਬਾਅਦ ਜਿਹੜੀ ਪਾਵਰ ਹੈ ਉਹ ਸੈਂਟਰ ਕੋਲ ਹੈ ਉਹ ਪ੍ਰਧਾਨ ਮੰਤਰੀ ਕੋਲ ਹੈ ਉਹਦਾ ਹੱਕ ਬੰਦ ਹੈ ਜੋ ਮਰਜ਼ੀ ਕਰੇ ਵੇ ਜੋ ਮਰਜੀ ਕਰੇ ਉਹਨੇ ਪਹਿਲਾਂ ਵੀ ਤਾਂ ਸਰਕਾਰ ਬਣਾ ਕੇ ਕਈ ਕਾਨੂੰਨ ਰੱਦ ਕੀਤੇ ਨੇ ਹਜ਼ਾਰ ਤੋਂ ਵੱਧ ਕਾਨੂੰਨ ਰੱਦ ਕਰ ਚੁੱਕੀ ਹੈ ਕੇਂਦਰ ਸਰਕਾਰ ਉਹ ਹੁਣ ਕਿ ਉਹਨਾਂ ਇਹ ਇੱਕ ਕਰਨ ਚ ਕੀ ਤਕਲੀਫ ਹੈ ਦੇਖੋ ਭਾਜੀ ਮੈਂ ਸਿੰਪਲ ਜੀ ਗੱਲ ਕਹਿਣਾ ਚਾਹੁੰਨਾ ਉਹ ਉਹਨਾਂ ਦੀ ਹੈਡੈਕ ਆ ਮੈਂ ਪ੍ਰਧਾਨ ਮੰਤਰੀ ਹੀ ਹੈਗਾ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਸ਼ਾਇਦ ਮੈਂ ਹੋਰ ਸਾਂ ਨਾਲ ਚੱਲਦਾ ਮੈਂ ਪਹਿਲੇ ਲੋਕਾਂ ਨੂੰ ਪਲੇਟਫਾਰਮ ਤਿਆਰ ਕਰਕੇ ਦਿੰਦਾ ਹਨ ਮੇਰੀ ਸੋਚ ਇਹ ਸੀ ਪਰ ਜੋ ਉਹਨਾਂ ਦੀ ਸੋਚ ਹੈ ਉਹਨਾਂ ਨੇ ਕਹਿਤਾ ਵੀ ਐਫੀਓ ਖੋਲ ਲਓ ਤੁਸੀਂ ਸਿੰਪਲ ਜੀ ਗੱਲ ਕਹੇਤੀ ਉਹਨਾਂ ਨੇ ਵੀ ਤੁਸੀਂ ਕੰਪਨੀਆਂ ਖੋਲ ਲਓ ਆਪਣੀਆਂ ਉਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਨਾ ਵੀ ਕੰਪਨੀਆਂ ਸਿੱ ਕਿਵੇਂ ਖੋਲਹੀਏ ਜਿਨੇ ਅੱਜ ਤੱਕ ਕੋਈ ਚੀਜ਼ ਵੇਚੀ ਨਹੀਂ ਹੈ ਤੇ ਉਹ ਕੰਪਨੀ ਕਿਵੇਂ ਖੋਲੂਗਾ ਠੀਕ ਹੈ ਨਾ ਜਦੋਂ ਲੋਕਾਂ ਨੂੰ ਆਮ ਲੋਕਾਂ ਨੂੰ ਕਿਸਾਨਾਂ ਨੂੰ ਆਪਣੀ ਚੀਜ਼ ਵੇਚਣੀ ਆ ਗਈ ਉਦੋਂ ਲੋਕਾਂ ਨੂੰ ਸਿਰ ਸਰਕਾਰਾਂ ਦੀ ਲੋੜ ਨਹੀਂ ਪੈਣੀ ਨਹੀਂ ਇਲੈਕਸ਼ਨ ਵੇਲੇ ਤਾਂ ਅਸੀਂ ਕਈ ਵਾਰ ਦੇਖਿਆ ਵੋਟਾਂ ਬੋਡੀਆਂ ਵੇਚੀਆਂ ਜਾਂਦੀਆਂ ਨੇ ਖਰੀਦੀਆਂ ਜਾਂਦੀਆਂ ਨੇ ਇਲੈਕਸ਼ਨ ਵੇਲੇ ਅਸੀਂ ਦੇਖਦੇ ਆ ਪਰ ਇਹ ਕਹਾਣੀ ਕੁਝ ਹੋਰ ਹੈ ਜਿਹੜੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਇੱਕ ਵਾਰ ਜ਼ਰੂਰ ਕਹਾंगा ਵੀ ਅ ਸੌਕੇ ਸ਼ਬਦਾਂ ਤੁਸੀਂ ਕਿਵੇਂ ਸਮਝਾਓਗੇ ਵੀ ਕਿਸਾਨਾਂ ਨੂੰ ਕਰਨਾ ਕੀ ਚਾਹੀਦਾ ਜੇ ਆਪਣੀ ਆਪਣੀ ਮੁਸੀਬਤ ਦਾ ਪਰਮਨੈਂਟ ਹੱਲ ਚਾਹੁੰਦੇ ਨੇ ਤਾਂ ਕਰਨਾ ਕੀ ਚਾਹੀਦਾ ਸਿੰਪਲ ਜੀ ਗੱਲ ਮੈਂ ਕਹਿਣਾ ਚਾਹੁੰਦਾ ਏਕ ਕੰਪਨੀ ਖੋਲ੍ਹ ਲੈਣ ਆਪਣੀ ਇਸ ਤੋਂ ਵਧੀਆ ਸੋਲੂਸ਼ਨ ਇਹਨਾਂ ਨੂੰ ਕਿਸੇ ਨੇ ਨਹੀਂ ਦੇਣਾ ਇਸ ਤੋਂ ਵਧੀਆ ਕਿਤੇ ਵਰਲਡ ਦੇ ਵਿੱਚ ਚੱਲ ਜਾਓ ਇਸ ਤੋਂ ਵਧੀਆ ਗੱਲ ਕਿਸੇ ਨੇ ਦੱਸਣੀ ਵੀ ਨਹੀਂ ਇਹਨਾਂ ਨੂੰ ਠੀਕ ਹੈ ਨਾ ਔਰ ਇਹੀ ਸਭ ਤੋਂ ਬੈਸਟ ਸੋਲੂਸ਼ਨ ਹੈ ਵਰਲਡ ਦਾ ਜੋ ਪ੍ਰੋਜੈਕਟ ਮੈਂ ਇਹਨਾਂ ਨੂੰ ਦੇਣਾ ਚਾਹਣਾ ਸਿਸਟਮ ਦੇਣਾ ਚਾਹਣਾ ਉਹ ਉਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ ਭਾਈ ਕੰਪਨੀ ਮੈਂ ਪਹਿਲਾਂ ਵੀ ਕਿਹਾ ਸੀ ਦੁਕਾਨ ਖੋਲੋ ਨੇ ਵੇਲੇ ਪੰਪ ਭਰੋ ਸੇ ਪੈਣ ਤੇ ਕੰਪਨੀ ਖੋਲਣੀ ਕਿਹੜੀ ਸੌਖੀ ਪਈ ਹੈ ਪੜੇ ਲਿਖੇ ਹਾਲਾਂਕਿ no doubt ਪੜੇ ਲਿਖੇ ਵੀ ਪੀ ਐਚ ਡੀ ਵੀ ਸਾਡੇ ਕਿਸਾਨ ਹੈਗੇ ਨੇ ਕਿਹ ਹੈ ਨਾ ਨੌਜਵਾਨ ਜਿਹੜੇ ਨੇ ਪਰ ਉਹ ਵੀ ਬਹੁਤੀ ਗਿਣਤੀ ਵਿੱਚ ਹੈਗੇ ਨੇ ਜਿਨ੍ਹਾਂ ਕੋਲ ਹਲੇ ਬਟਨ ਵਾਲਾ ਮੋਬਾਈਲ ਹੈ ਤੇ ਉਹ ਵੀ ਚੰਗੀ ਤਰ੍ਹਾਂ ਚਲਾਣਾ ਨਹੀਂ ਆਂਦਾ ਜਾਂ ਹਰਾ ਬਟਨ ਜਾਂ ਲਾਲ ਬਟਨ ਉਹ ਕੰਪਨੀ ਵੀ ਖੋਲ ਲੈਣਗੇ ਉਹ ਭਾਜੀ ਉਹਨਾਂ ਨੂੰ ਖੋਲਣ ਦੀ ਲੋੜ ਹੀ ਨਹੀਂ ਹੈ ਉਹ ਹਾਇਰ ਕਰ ਲੈਣ ਜਿਹੜ ਵਾਧੂ ਮਾਰਕੀਟ ਦੇ ਵਿੱਚ ਵਾਧੂ ਬੈਠੇ ਆ ਮਾਰਕੀਟਿੰਗ ਵਾਲੇ ਬੈਠੇ ਆ ਹੋਰ ਬੈਠੇ ਆ ਸੀਓ ਜਿਹੜੇ ਬਣਾਉਣੇ ਤੁਸੀਂ ਉਹ ਵੀ ਬੈਠੇ ਆ ਚੱਕੋ ਤੁਸੀਂ ਯੂਨੀਵਰਸਟੀਆਂ ਤੋਂ ਹੁਣਾਂ ਵੀ ਆ ਚੀਜ਼ਾਂ ਆਏ ਆ ਉਹ ਤਾਂ ਨਾਪ ਤੋਲੀ ਕਰਨਾ ਹੁੰਦਾ ਕਿਹੜੀ ਵੱਡੀ ਗੱਲ ਆ ਆਈਡੀਆ ਹੈਗਾ ਉਸ ਤੋਂ ਬਾਅਦ ਤਾਂ ਇੱਕ ਮੈਨੇਜਰ ਹੈ ਬਿਠਾ ਦਿਓ ਵੀ ਹਾਂ ਜੀ ਰਾਜ ਚੀਜ਼ ਐਵੇਂ ਹੋਣੀ ਆ ਚੀਜ਼ ਐਵੇਂ ਹੋਣੀ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਐਵੇਂ ਲੋਕਾਂ ਨੂੰ ਬਹਿਮ ਲੱਗ ਰਿਹਾ ਕੰਪਨੀ ਦਾ ਕੰਪਨੀ ਦਾ ਜਦੋਂ ਚੱਲੂਗੀ ਲੋਕਾਂ ਨੂੰ ਘਰੇ ਬੈਠੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਸਾਡੇ ਕੰਮ ਹੋ ਵੀ ਰਹੇ ਆ ਸਾਨੂੰ ਪੈਸੇ ਵੀ ਆ ਰਹੇ ਆ ਹਨਾ ਇਹੋ ਜਿਹਾ ਸਿਸਟਮ ਹੈ ਡਿਜ਼ ਕਈ ਲੋਕਾਂ ਨੂੰ ਬੈਠੇ-ਬੈਠੇ ਅੱਜ ਜਿਹੜੇ ਗਰੀਬ ਐ ਜਿਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ ਉਹਨਾਂ ਨੂੰ ਵੀ ਘਰੇ ਬੈਠੇ-ਬੈਠੇ ਰੋਟੀ ਮਿਲੂਗੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਰੋਟੀ ਕਿੱਥੋਂ ਆ ਰਹੀ ਹੈ ਸਾਡੀ ਠੀਕ ਹੈ ਨਾ ਮੈਂ ਇਹੋ ਜਿਹਾ ਸਿਸਟਮ ਡਿਜ਼ਾਈਨ ਕਰਨਾ ਚਾਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀਆਂ ਵੀ ਗੱਲਾਂ ਹੁਣ ਕਰਦੇ-ਕਰਦੇ ਜਿਹੜੇ ਸਿਆਸੀ ਲੋਕਾਂ ਵਰਗੀਆਂ ਹੋ ਗਈਆਂ ਤੁਹਾਨੂੰ ਫ੍ਰੀ ਦੀ ਪਿਛਲੀ ਦੇਵਾਂਗੇ ਫ੍ਰੀ ਦੀ ਰੋਟੀ ਦੇਵਾਂਗੇ ਰੋਟੀ ਤੁਹਾਨੂੰ ਮਿਲੂਗੀ ਤੁਹਾਨੂੰ ਪਤਾ ਨਹੀਂ ਲੱਗਣੀ ਰੋਟੀ ਮਿਲ ਕਿੱਥੋਂ ਰਹੀ ਹੈ ਬਾਜੀ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਇੱਕ ਸਿਸਟਮ ਹੈ ਮੈਂ ਤਾਂ ਇੱਕ ਨਵੀਆਂ ਚੀਜ਼ਾਂ ਉਹਨਾਂ ਨੂੰ ਲੋਕਾਂ ਦੇ ਨਾਲ ਮਤਲਬ ਯੂਜ਼ ਕਰਨੀ ਲੋਕਾਂ ਨੇ ਜਿਵੇਂ ਹੁਣ ਮੰਨ ਲਓ ਅੱਜ ਦੇ ਪੈਟਰੋਲ ਡੀਜ਼ਲ ਚੱਲ ਰਿਹਾ ਹੈ ਇਹ ਥੋੜੇ ਟਾਈਮ ਤੱਕ ਬੰਦ ਹੋ ਜਾਊਗਾ ਕਿਉਂਕਿ ਗਲੋਬਲ ਵਾਰਮਿੰਗ ਤਾਂ ਕਰਕੇ ਡਬਲਯੂਟੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਕਿਹਾ ਵੀ ਤੁਸੀਂ ਇਹਦੇ ਨਾਲ ਗਲੋਬਲ ਵਾਰਮਿੰਗ ਜ਼ਿਆਦਾ ਹੋ ਰਹੀ ਹੈ ਸੀ ਲੈਵਲ ਉੱਪਰ ਆ ਰਿਹਾ ਹੈਗਾ ਉਹਦੇ ਨਾਲ ਲੋਕਾਂ ਨੂੰ ਨੁਕਸਾਨ ਹੋਊਗਾ ਠੀਕ ਹੈ ਨਾ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਇਲੈਕਟ੍ਰਿਕ ਚੀਜ਼ਾਂ ਯੂਜ਼ ਕਰੋ ਜਿਹੜੀਆਂ ਵਿੱਚ ਪੋਲੂਸ਼ਨ ਨਹੀਂ ਹੈਗਾ ਤਾਂ ਕਰਕੇ ਆਪਾਂ ਉਹਨਾਂ ਚੀਜ਼ਾਂ ਤੇ ਧਿਆਨ ਦੇਈਏ ਇਹਦੇ ਨਾਲ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਇੰਡੀਆ ਸੁ ਅੱਜ ਦੇ ਟਾਈਮ ਲੋਕਾਂ ਨੂੰ ਸਿਰਫ ਆਰਗੇਨਾਈਜ਼ ਕਰਨ ਦੀ ਸਿਸਟਮ ਦੇ ਵਿੱਚ ਲੈ ਕੇ ਆਉਂਦੀ ਲੋੜ ਹੈ ਉਸ ਤੋਂ ਬਾਅਦ ਤਾਂ ਲੋਕ ਐ ਭੱਜਣਗੇ ਤੁਸੀਂ ਕਹਿ ਰਹੇ ਹੋ ਕੰਪਨੀ ਆਪਣੀ ਬਣਾ ਲੈਣ ਪਰ ਕੰਪਨੀਆਂ ਜਿਹਦਾ ਬੜਾ ਪਰਹੇਜ ਹੈ ਕਾਰਪੋਰੇਟ ਸੈਕਟਰ ਤੋਂ ਤਾਂ ਜੇ ਅਸੀਂ ਗੱਲ ਕਰੀਏ ਕਿਸੇ ਕਿਸਾਨ ਨਾਲ ਤੁਸੀਂ ਕਾਰਪੋਰੇਟ ਦੀ ਗੱਲ ਕਰਕੇ ਦੇਖੋ ਉਹ ਕੁੱਟਣ ਨੂੰ ਪਾਊਗਾ ਵੀ ਕਾਰਪੋਰੇਟ ਤਾਂ ਦੁਸ਼ਮਣ ਹੈ ਸਾਡਾ ਦੁਸ਼ਮਣ ਨਹੀਂ ਉਹਨੂੰ ਕਹ ਫਿਰ ਗੱਡੀਆਂ ਚਲਾਉਣੀਆਂ ਬੰਦ ਕਰ ਦੇ ਟਰੈਕਟਰ ਚਲਾਉਣੇ ਬੰਦ ਕਰ ਦੇ ਮੋਬਾਈਲ ਬੰਦ ਕਰ ਦੇ ਸਭ ਕੁਝ ਬੰਦ ਕਰ ਦੇ ਏ ਟੂ ਜ਼ੈਡ 99% ਚੀਜ਼ਾਂ ਕੰਪਨੀ ਦੇ ਵਿੱਚ ਆਉਂਦੀਆਂ ਅੱਜ ਦੇ ਟਾਈਮ ਲੋਕੀ ਪਹਿਲਾਂ ਉਹਨਾਂ ਨੂੰ ਤਿਆਗਣ ਫਿਰ ਕਾਰਪੋਰੇਟ ਦਾ ਵਿਰੋਧ ਕਰਨ ਸੋਚ ਲੈਣ ਪਹਿਲਾਂ ਪਹਿਲਾਂ ਸੋਚਣ ਆਪਣੇ ਆਪ ਦੇ ਹਨਾ ਉਹ ਚੀਜ਼ ਬਹੁਤ ਜ਼ਰੂਰੀ ਹੈ ਕੋਈ ਵੀ ਚੀਜ਼ ਬੰਦੀ ਹੈ ਕੰਪਨੀ ਬਣਾ ਕੇ ਦਿੰਦੀ ਹੈ ਉਹ ਤਾਂ ਕਹਿੰਦੇ ਅਸੀਂ ਆਹ ਗੱਡੀ ਲੈਣੀ ਆਹ ਕੰਪਨੀ ਦੀ ਗੱਡੀ ਲੈਣੀ ਆਂ ਬੰਦ ਕਰਨ ਚੜ੍ਹੇ ਦਾ ਗੱਡੀਆਂ 'ਚ ਫਿਰਦੇ ਆ ਚੱਕੀ ਮੋਬਾਈਲ ਫਿਰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਕੰਪਨੀ ਦਾ ਵਿਰੋਧ ਕਰਨਾ ਹੈ ਕਿ ਨਹੀਂ ਕਰਨਾ ਜਦੋਂ ਲੋਕਾਂ ਨੂੰ ਇਹ ਸਮਝ ਆ ਜੂ ਨਾ ਵੀ ਕੰਪਨੀ ਮਾੜੀ ਹੈ ਜਾਂ ਚੰਗੀ ਹੈ ਠੀਕ ਹੈ ਕੰਪਨੀ ਜਿਆ ਥੋੜਾ ਬਹੁਤਾ ਪੈਸਾ ਬੱਦ ਲੈਂਦੀ ਹੈ ਪਰ ਤੁਹਾਨੂੰ ਫੈਸਿਲਿਟੀ ਦਿੰਦੀ ਹੈ ਸਹੂਲਤ ਦਿੰਦੀ ਹੈ ਕੰਪਨੀ ਤੁਸੀਂ ਨ ਸਰਕਾਰੀ ਸਕੂਲਾਂ 'ਚ ਇਹਨਾਂ ਨੇ ਆਪਣੇ ਬੱਚੇ ਪੜਾਣੇ ਨਹੀਂ ਪੜਾਣੇ ਤਾਂ ਪ੍ਰਾਈਵੇਟ ਸਕੂਲਾਂ 'ਚ ਕਿਉਂਕਿ ਸਾਡਾ ਬੱਚਾ ਵਧੀਆ ਬਣੇ ਤੁਸੀਂ ਸਰਕਾਰੀ 'ਚ ਕਿਉਂ ਨਹੀਂ ਪੜਾਉਂਦੇ ਹੈਗੇ ਦੱਸੋ ਮੈਂ ਤਾਂ ਕਹਿੰਦਾ ਲੋਕਾਂ ਤੋਂ ਪੁੱਛਣਾ ਚਾਹਣਾ ਮੈਂ ਤੁਸੀਂ ਕਹਿੰਦੇ ਸਰਕਾਰੀ ਚਾਹੀਦੇ ਐ ਇਹਨਾਂ ਨੂੰ ਸਕੂਲ ਸਰਕਾਰੀ ਨਹੀਂ ਚਾਹੀਦੇ ਪਰ ਜੋਬ ਇਹਨਾਂ ਨੂੰ ਸਰਕਾਰੀ ਚਾਹੀਦੀ ਹੈ ਲੋਕਾਂ ਦੀ ਸੋਚ ਲੋਕਾਂ ਦੀ ਸੋਚ ਗਲਤ ਹੈ ਇੱਕ ਸਾਈਡ ਤੇ ਲੋਕ ਕੀ ਆਪਣੀ ਲਗਜ਼ਰੀ ਲਾਈਫ ਚਾਹੁੰਦੇ ਐ ਲਗਜ਼ਰੀ ਲਾਈਫ ਜਿਹੜੀ ਕਾਰਪੋਰੇਟ ਲਾਈਫ ਹੈ ਲਗਜ਼ਰੀ ਲਾਈਫ ਹੈ ਵੀ ਤੁਹਾਨੂੰ ਸੌਫਟ ਹਰ ਚੀਜ਼ ਤੁਹਾਨੂੰ ਤਿਕਨ ਨਾਲ ਮਿਲੂਗੀ ਹਰ ਚੀਜ਼ ਤੁਹਾਨੂੰ ਮਤਲਬ ਕੰਫਰਟ ਲੈਵਲ ਹੋਊਗਾ ਹਨ ਤੇ ਜੇ ਆਮ ਲੋਕ ਆ ਜਾਣਗੇ ਫਿਰ ਤਾਂ ਉਹੀ ਗੱਡੇ ਰੇੜੇ ਚੱਕੀ ਫਿਰੋ ਕੋਈ ਏਸੀ ਨਹੀਂ ਕੋਈ ਕੁਛ ਨਹੀਂ ਕੋਈ ਖੁਸ਼ ਨਹੀਂ ਫਿਰ ਕੀ ਕਰੋਗੇ ਇਹ ਤਾਂ ਸੋਚ ਗਲਤ ਹੈ ਲੋਕਾਂ ਦੀ ਕਿਸਾਨਾਂ ਦੀ ਹਨਾ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੀ ਕਾਰਪੋਰੇਟ ਦਾ ਵਿਰੋਧ ਕਰ ਰਿਹਾ ਤੇ ਗਲਤ ਹੈ ਜੇ ਆਪਣੀ ਐਮਐਸਪੀ ਦੀ ਗੱਲ ਕਰ ਰਿਹਾ ਤਾਂ ਸਹੀ ਹੈ ਮੈਂ ਇਸ ਚੀਜ਼ ਦੇ ਹੱਕਚ ਜਿੱਥੇ ਗੱਲ ਸਹੀ ਹੈ ਉੱਥੇ ਮੈਂ ਕਿਸਾਨਾਂ ਦਾ ਹਰ ਇੱਕ ਬੰਦੇ ਦਾ ਸਾਥ ਦੇਉਂ ਕਾਰਪੋਰੇਟ ਦਾ ਵਿਰੋਧ ਵੀ ਹੈਗਾ ਹੀ ਹੈ ਨਾ ਤੁਸੀਂ ਦੇਖਿਓ ਰਿਲਾਇੰਸ ਸਟੋਰ ਬੰਦ ਬੈਨੇ ਕਾਫੀ ਟਾਈਮ ਤੋਂ ਰਿਲਾਇੰਸ ਤੇ ਪੰਪ ਬ ਪਹਿਲੀ ਗੱਲ ਤਾਂ ਰਾਇਲੈਂਸ ਦੇ ਪੂਰੇ ਪੰਪ ਹੈ ਨਹੀਂ ਆਮ ਲੋਕਾਂ ਦੇ ਲੱਗੇ ਹੋਏ ਪੈਸੇ ਐ ਠੀਕ ਐ ਉਥੇ ਆਮ ਲੋਕ ਕੰਮ ਕਰਦੇ ਠੀਕ ਐ ਯਾਰ ਅੰਬਾਨੀ ਮੂਰੇ ਐ ਉਹਦੇ ਸ਼ੇਅਰ ਹੋਲਡਿੰਗ ਹੋਏਗੀ ਉਹਨੇ ਕੰਪਨੀ ਸਟਾਰਟ ਕੀਤੀ ਐ ਲੋਕ ਉਹਦੇ ਨਾਲ ਜੁੜੇ ਹੋਏ ਐ ਉਹਦੇ 'ਚ ਇਨਵੈਸਟ ਕਰ ਰਹੇ ਐ ਇਕੱਲੇ ਅੰਬਾਨੀ ਦੀ ਕੰਪਨੀ ਨਹੀਂ ਹੈਗੀ ਉਹ ਉਹ ਆਮ ਲੋਕਾਂ ਦੀ ਕਰੋਨਾ ਡੀਲਰਸ ਵਾਲੇ ਪੰਪ ਤਾਂ ਖੋਲਤੇ ਇਨਾਂ ਨੇ ਲੇਕਿਨ ਬਾਕੀ ਚੀਜ਼ਾਂ ਜਿਹੜੀਆਂ ਡਾਇਰੈਕਟਲੀ ਹੈਗੀਆਂ ਨੇ ਕੰਪਨੀ ਦੀਆਂ ਰਿਲਾਇੰਸ ਦੀਆਂ ਉਹ ਤਾਂ ਸਾਰੀਆਂ ਬੰਦ ਪਈਆਂ ਨੇ ਤੁਸੀਂ ਕਹਿੰਦੇ ਕਾਰਪੋਰੇਟ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਤੁਸੀਂ ਬੰਦ ਤੁਸੀਂ ਬੰਦ ਨਾ ਕਰੋ ਤੁਸੀਂ ਅਵੇਲੇਬਿਲਟੀ ਤਾਂ ਲੋਕਾਂ ਲਈ ਦਿਓ ਨਾ ਫਿਰ ਤੁਸੀਂ ਇੱਕ ਚੀਜ਼ ਬੰਦ ਕਰ ਰਹੇ ਹੋ ਮੰਨ ਲਓ ਤੁਸੀਂ ਫੋਨ ਯੂਜ਼ ਕਰ ਰਹੇ ਹੋ ਫੋਨ ਮੰਨ ਲਓ ਰਿਲਾਇੰਸ ਦਾ ਹੀ ਹੈ ਇੰਡੀਆ ਦੇ ਵਿੱਚ ਤੁਸੀਂ ਉਹ ਬੰਦ ਕਰਤਾ ਤੁਸੀਂ ਲੋਕਾਂ ਨੂੰ ਹੋਰ ਕੀ ਫੈਸਿਲਿਟੀ ਦੇ ਰਹੇ ਹੋ ਤੁਸੀਂ ਤਾਂ ਦੱਸੋ ਤੁਸੀਂ ਕੀ ਦੇ ਰਹੇ ਹੋ ਤੁਸੀਂ ਬੰਦ ਕਰਤਾ 노 ਡਾਊਟ ਕੋਈ ਫੈਸਿਲਿਟੀ ਮਿਲ ਰਹੀ ਸੀ ਲੋਕਾਂ ਨੂੰ ਸਹੂਲਤ ਮਿਲਦੀ ਸੀ ਬੰਦ ਕਰਤੀ ਪਰ ਤੁਸੀਂ ਕੀ ਵਧੀਆ ਦੇ ਰਹੇ ਹੋ ਉਸ ਤੇ ਤੋਂ ਤੁਸੀਂ ਤਾਂ ਦੱਸੋ ਬੰਦ ਕਰਨਾ ਬੜਾ ਇਜ਼ੀ ਹੈ ਪਰ ਖੋਲਣ ਤੇ ਟਾਈਮ ਬਹੁਤ ਲੱਗਦਾ ਕੋਈ ਵੀ ਚੀਜ਼ ਹੈ ਮੈਂ ਕਹਣਾ ਬੰਦੇ ਨੂੰ ਤਰੱਕੀ ਕਰਨ ਤੇ ਬਹੁਤ ਟਾਈਮ ਲੱਗਦਾ ਪਰ ਥੱਲੇ ਆਉਣ ਤੇ ਬਹੁਤ ਘੱਟ ਟਾਈਮ ਲੱਗਦਾ ਲੇਕਿਨ ਭਾਈ ਸਵਾਲ ਇਹ ਵੀ ਦੇਖੋ ਬਿਲਕੁਲ ਜਾਇਜ਼ ਹੈ ਜਿਹੜੇ ਵੀ ਵੱਡੇ ਬਿਜ਼ਨਸਮੈਨ ਹੁੰਦੇ ਨੇ ਸਰਕਾਰ ਕੋਈ ਵੀ ਹੋਵੇ ਬਿਜ਼ਨਸ ਉਹਨਾਂ ਦਾ ਬੰਦ ਨਹੀਂ ਹੁੰਦਾ ਚਾਹੇ ਅੰਬਾਨੀਏ ਚਾਹੇ ਅਡਾਨੀਏ ਚਾਹੇ ਛੋਟਾ ਚਾਹੇ ਵੱਡਾ ਅੰਬਾਨੀ ਹੁਣੀ ਵੀ ਤਾਂ ਪਾਰਟੀ ਫੰਡ ਦਿੰਦੇ ਨੇ ਪਾਰਟੀਆਂ ਨੂੰ ਤੇ ਫਿਰ મોદી ਇਹਨਾਂ ਦਾ ਨੁਕਸਾਨ ਕਿਵੇਂ ਕਰੇਗਾ ਕਿ ਮੈਂ ਉਹ ਭਾਜੀ ਬਿਜ਼ਨਸ ਕਿਉਂ ਬੰਦ ਕਰਨਗੇ ਸਰਕਾਰਾਂ ਪਾਗਲ ਹੈ ਸਰਕਾਰਾਂ ਤਾਂ ਚਾਹੁੰਦੀਆਂ ਵੀ ਰੋਜ਼ਗਾਰ ਮਿਲੂਗਾ ਤਾਂ ਲੋਕ ਟਿਕੇ ਰਹਿਣਗੇ ਜੇ ਸਰਕਾਰਾਂ ਨੇ ਉਹਨਾਂ ਦੇ ਬਿਜ਼ਨਸ ਬੰਦ ਕਰਤੇ ਤਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਪ੍ਰਾਈਵੇਟਾਈਜੇਸ਼ਨ ਦੇ ਵੀ ਸਵਾਲ ਉੱਠਦੇ ਨੇ ਨਾ ਵੀ ਸਰਕਾਰ ਜਿਹੜੀ ਆਪਣਾ ਆਪਣਾ ਤੰਤਰ ਜੇ ਸੰਭਾਲ ਨਹੀਂ ਪਾ ਰਹੀ ਪ੍ਰਾਈਵੇਟਾਈਜ਼ ਕਰ ਰਹੀ ਹੈ ਹਰ ਇੱਕ ਚੀਜ਼ ਨੂੰ ਫਿਰ ਵੀ ਕਿਵੇਂ ਚੱਲੇਗੀ ਸਰਕਾਰ ਭਾਜੀ ਮੈਨੂੰ ਹਾਸੇ ਆਉਂਦੀ ਆ ਜੱਟਾਂ ਦੀਆਂ ਜ਼ਮੀਨਾਂ ਵੀ ਪ੍ਰਾਈਵੇਟ ਹੈ ਫਿਰ ਤਾਂ ਉਹ ਵੀ ਸਰਕਾਰੀ ਕਰ ਦੋ ਉਹ ਵੀ ਸਰਕਾਰ ਨੂੰ ਦੇ ਦਿਓ ਉਸ ਤੋਂ ਬਾਅਦ ਸਾਰਿਆਂ ਨੂੰ ਕਹੋ ਵੀ ਜੋਬਾਂ ਦੇ ਰਹੀ ਹੈ ਸਰਕਾਰ ਫੇਰ ਤਾਂ ਗੱਲ ਸਹੀ ਹੈ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਪ੍ਰਾਈਵੇਟ ਹੁੰਦਾ ਕੀ ਹੈ ਜਦੋਂ ਲੋਕਾਂ ਨੂੰ ਪ੍ਰਾਈਵੇਟ ਸਮਝ ਆ ਗਿਆ ਨਾ ਵੀ ਪ੍ਰਾਈਵੇਟ ਹੁੰਦਾ ਕੀ ਹੈ ਕਿਸਾਨ ਹਰ ਕੋਈ ਪ੍ਰਾਈਵੇਟ ਹੈ ਇਹਨਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਜਦੋਂ ਇਹ ਪਤਾ ਲੱਗ ਗਿਆ ਨਾ ਪ੍ਰਾਈਵੇਟ ਹੁੰਦਾ ਕੀ ਹੈ ਕਿਸਾਨ ਖੁਦ ਪ੍ਰਾਈਵੇਟ ਹੈ ਯਾਰ ਤੁਸੀਂ ਕਹਿੰਦੇ ਪ੍ਰਾਈਵੇਟ ਦਾ ਵਿਰੋਧ ਕਰ ਰਹੇ ਹੋ ਗਲਤ ਗੱਲ ਹੈ ਮੇਰੇ ਸਾਹਮਣੇ ਲੋਕਾਂ ਨੂੰ ਸਮਝ ਨਹੀਂ ਹੈਗੀ ਇਹ ਚੀਜ਼ ਦੀ ਸਮਝਣਾ ਚਾਹੀਦਾ ਸੋਚੋ ਫਿਰ ਉਸ ਤੋਂ ਬਾਅਦ ਗੱਲ ਕਰੋ ਤੁਸੀਂ ਇਹ ਦੇਖੋ ਜਿਹੜੇ ਕਾਰਪੋਰੇਟ ਹੈ ਉਹ ਤੁਹਾਨੂੰ ਕੀ ਦੇ ਰਹੇ ਨੇ ਤੁਸੀਂ ਕੋਈ 500 ਰੁਪਏ ਦੀ ਕੌਫੀ ਪੀ ਰਹੇ ਹੋ ਤਾਂ ਜੇ ਤੁਹਾਨੂੰ ਉੱਥੇ ਵਧੀਆ ਲੱਗਦਾ ਨਾ ਬੈਠਣਾ ਤੁਸੀਂ ਤਾਂ ਦੇ ਰਹੇ ਹੋ ਉਹਨੂੰ 500 ਰੁਪਿਆ ਤੁਸੀਂ ਥੱਲੇ 10 ਰੁਪਏ ਵਾਲੀ ਚਾਹ ਵੀ ਪੀ ਸਕਦੇ ਹੋ ਕਿਉਂ ਨਹੀਂ ਪੀਂਦੇ ਉੱਥੇ ਸਵਾਦ ਆਉਂਦਾ ਹੈ ਤੇ ਲਗਜ਼ਰੀ ਲਾਈਫ ਹੈ ਲੋਕ ਤਾਂ ਪੇ ਕਰਦੇ ਐ ਕੰਪਨੀਆਂ ਲੁੱਟਦੇ ਨਹੀਂ ਕੰਪਨੀਆਂ ਤੁਹਾਨੂੰ ਸਵਾਦ ਦਿੰਦੀਆਂ ਨੇ ਗੱਡੀ 'ਚ ਘੁੰਮਦੇ ਹੋ 50 ਲੱਖ ਵਾਲੀ 'ਚ ਸਵਾਦ ਹੈ ਲੋਕੀ ਸਵਾਦਾਂ ਪਿੱਛੇ ਜਾ ਰਹੇ ਐ ਕੋਈ ਕਿਸੇ ਪਿੱਛੇ ਨਹੀਂ ਜਾ ਰਿਹਾ ਪ੍ਰਾਈਵੇਟ ਕੰਪਨੀ ਕੋਈ ਵੀ ਕੁਝ ਨਹੀਂ ਕਰ ਰਹੀ ਪ੍ਰਾਈਵੇਟ ਕੰਪਨੀ ਉਹ ਕਰ ਰਹੀ ਹੈ ਜੋ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਨੂੰ ਲਗਜ਼ਰੀ ਲਾਈਫ ਮਿਲੇ ਲੋਕ ਚਾਹੁੰਦੇ ਆ ਗੱਡੀ ਮਿਲੇ ਲੋਕ ਚਾਹੁੰਦੇ ਆ ਵਧੀਆ ਜੌਬ ਮਿਲੇ ਲੋਕ ਚਾਹੁੰਦੇ ਆ ਵਧੀਆ ਕੱਪੜੇ ਮਿਲ ਪਾਟੇ ਚਿੱਟੇ ਦੀ ਕੁੜੀਆਂ ਕੱਪੜੇ ਪਾਈ ਫਿਰਦੀਆਂ ਮਤਲਬ ਗੱਲ ਇਹ ਹੈ ਕਿ ਉਹਨਾਂ ਨੂੰ ਉਹ ਚੀਜ਼ ਚਾਹੀਦੀ ਹੈ ਤਾਂ ਕੰਪਨੀਆਂ ਬਣਾ ਕੇ ਦੇ ਰਹੀਆਂ ਨੇ ਯੂਜ਼ ਤਾਂ ਲੋਕ ਕਰ ਰਹੇ ਆ ਨਾ ਲੋਕ ਬੰਦ ਕਰ ਦੇਣ ਕੰਪਨੀ ਆਪਣਿਆਂ ਫਲॉप ਹੈ ਇਹ ਗੱਲ ਗਲਤ ਹੈ ਮੈਂ ਕਿਤੇ ਇਦਾਂ ਦਾ ਨਹੀਂ ਵੀ ਭਾ ਜੀਪੀ ਵਾਲਿਆਂ ਨੇ ਤਾਨੂੰ ਹਾਇਰ ਤਾਂ ਨਹੀਂ ਕੀਤਾ ਵੀ ਜਾ ਬਈ ਹਰੀ ਸਿੱਧ ਮੈਨੂੰ ਹਾਇਰ ਕਰਨ ਲਈ ਦੁਨੀਆ ਦਾ ਕੋਈ ਬੰਦਾ ਨਹੀਂ ਹੈ ਜਿਹੜਾ ਮੈਨੂੰ ਹਾਇਰ ਕਰ ਲਵੇ ਮੈਂ ਕਹਿੰਦਾ ਤੁਸੀਂ ਲੋਕਾਂ ਦਾ ਭਲਾ ਕਰ ਦਿਓ ਕੋਈ ਵੀ ਬੰਦਾ ਜੇ ਕੋਈ ਵੀ ਪਾਰਟੀ ਹੈ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਕਰੀਬੀ ਚੱਕ ਦਿਓ ਬੇਰੋਜ਼ਗਾਰੀ ਚੱਕ ਦਿਓ ਲੋਕ ਦੁਖੀ ਨਾ ਹੋਣ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਮੇਰੇ ਤੋਂ ਫਰੀ ਚ ਆਈਡੀਆ ਲੈ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਨੂੰ ਮੈਨੂੰ ਹਾਇਰ ਕਰਨ ਵਾਲਾ ਦੁਨੀਆ ਦਾ ਕੋਈ ਜੰਮਿਆ ਨਹੀਂ ਸਿੰਪਲ ਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਦੁਨੀਆ ਦੇ ਵਿੱਚ ਕੋਈ ਬੰਦਾ ਨਹੀਂ ਜਿਹੜਾ ਮੈਨੂੰ ਹਾਇਰ ਕਰ ਲੇ ਮੈਂ ਕਹਿੰਦਾ ਭਾਈ ਜੀ ਤੂੰ ਦੁਨੀਆ ਦੇ ਵਿੱਚੋਂ ਗਰੀਬੀ ਕੱਢ ਦੇ ਮੈਂ ਇੱਥੇ ਲੇਕਿਨ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ ਜਿਵੇਂ ਲੋਕ ਵੀ ਕਹਿੰਦੇ ਨੇ ਕਿ મોદી ਦੇਸ਼ ਨੂੰ ਲੁੱਟ ਕੇ ਖਾ ਗਿਆ ਜਾਂ ਖਾ ਰਿਹਾ ਹੈ ਲੁੱਟਣ ਨੂੰ ਯਾਰ ਵਿਚਾਰੇ ਦੇ ਅੱਗੇ ਨਹੀਂ ਪਿੱਛੇ ਨਹੀਂ ਕੋਈ ਸਿੰਪਲ ਜੀ ਗੱਲ ਆ ਵਿਚਾਰਾ ਗਰੀਬ ਬੰਦਾ ਸੀਗਾ ਪੀਐਮ ਬਣ ਗਿਆ ਮੈਨੂੰ ਤਾਂ ਤਰਸ ਆਉਂਦਾ ਹੈ ਨਾ ਵਿਚਾਰੇ ਨੇ ਮਿਹਨਤ ਤਾਂ ਕੀਤੀ ਹੋ ਤੁਸੀਂ ਇੱਥੇ بڑے ਲੋਕਾਂ ਕੋਲ ਕਰੋੜਾ ਰੁਪਏ ਪਿਆਗਾ ਉਹ ਵੀ ਨਹੀਂ ਪੀਐਮ ਬਣਦੇ ਤੇ ਵਿਚਾਰੇ ਨੇ ਕਿੱਥੋਂ ਕਰਕੇ ਤੁਸੀਂ ਉਹ ਚੀਜ਼ ਦੇਖੋ ਕਿ ਬੰਦੇ ਨੇ ਕੁਝ ਨਾ ਕੁਝ ਤਾਂ ਕੀਤਾ ਹੋ ਐਂ ਤਾਂ ਕੋਈ ਬਣਾਉਂਦਾ ਨਹੀਂ ਕਿਸੇ ਨੂੰ ਪਿੰਡ ਦਾ ਸਰਪੰਚ ਨਹੀਂ ਬਣਾਉਂਦਾ ਕੋਈ ਆਮ ਬੰਦੇ ਨੂੰ ਜੇ ਸੋਕ ਕਿੱਲਾ ਕਿਉਂ ਨਾ ਹੋਵੇ ਤੇ ਅਗਲਾ ਪੀਐਮ ਬਣ ਗਿਆ ਜਿਹਦੇ ਕੋਲ ਕੁਝ ਨਹੀਂ ਸੀਗਾ ਮਿਹਨਤਦਾ ਹੋਗੀ ਬਾਈ ਇਹ ਤਾਂ ਇੱਕ ਚੀਜ਼ ਮੈਂ ਮੰਨਦਾ ਹੈਗਾ ਦੇਖ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਕੱਲ੍ਹ ਕੀ ਆ ਕੋਈ ਨਾ ਕੋਈ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਜੇ ਕਬੱਡੀ ਪਲੇਅਰ ਹੈ ਕੋਈ ਮੈਂ ਕਹਣਾ ਜੇ ਕਿਸੇ ਨੇ 10 ਸਾਲ ਮਿਹਨਤ ਕੀਤੀ ਐ ਨਾ ਉਹਦੀ ਮਿਹਨਤ ਸਾਹਮਣੇ ਰੰਗ ਲਿਆਉ ਲੋਕਾਂ ਨੂੰ ਪਤਾ ਲੱਗੂ ਵੀ ਇਹਨੇ ਮਿਹਨਤ ਕੀਤੀ ਹੋਈ ਐ ਤੇ ਜੇ ਕੋਈ ਬੰਦਾ 2 ਦਿਨ ਪਹਿਲਾਂ ਕਬੱਡੀ ਖੇਡਦਾ ਹੁੰਦਾ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਟੈਕਨੀਕ ਬਹੁਤ ਟੈਕਨੀਕ ਟਾਈਮ ਦੇ ਨਾਲ ਆਂਦੀ ਆ ਟੈਕਨੋਲੋਜੀ ਜਾਂ ਟੈਕਨੀਕ ਆਉਟ ਟਾਈਮ ਦੇ ਨਾਲ ਆਉਂਦੀ ਹੈ ਨਾ ਦਾਦਾ ਸਾਲ ਜਿਹੜੇ ਕੰਮ ਕਰਦੇ ਨੂੰ ਹੋਗੇ ਉਹਨਾਂ ਬੰਦੇ ਨੂੰ ਪਤਾ ਵੀ ਕਿਵੇਂ ਕਿਵੇਂ ਟੈਕਲ ਕਰਨੀਆਂ ਚੀਜ਼ਾਂ ਤਾਂ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ ਇਹ ਆਈਡੀਆ ਕਿਸੇ ਕਿਸਾਨੀ ਆਗੂ ਦੇ ਨਾਲ ਕੋਸ਼ਿਸ਼ ਕੀਤੀ ਹੈ ਸਾਂਝਾ ਕਰਾਂ ਜਾਂ ਤੁਸੀਂ ਸਿੰਘੂ ਬਾਰਡਰ ਤੇ ਕਹਿੰਓ ਕਦੀ ਕੋਸ਼ਿਸ਼ ਕੀਤੀ ਹੈ ਸਟੇਜ ਤੇ ਜਾਵਾਂ ਮੈਂ ਭਾਜੀ ਮੈਂ ਤਾਂ ਦੋ ਚਾਰ ਵਾਰੀ ਜਾ ਕੇ ਆਇਆ ਪਰ ਮੈਨੂੰ ਚੜ੍ਹ ਨਹੀਂ ਦਿੰਦੇ ਕਹਿੰਦੇ ਯਾਰ ਤੂੰ ਤਾਂ ਹੋਰ ਹੀ ਕੁਝ ਲੈ ਕੇ ਆ ਗਿਆ ਮੈਂ ਕਿਹਾ ਅੰਕਲ ਥੋੜਾ ਕੰਮ ਇਹਦੇ ਚੀ ਹੈ ਨਾ ਤੇ ਮੈਂ ਗਿਆ ਵੀ ਆ ਮੇਰੀ ਗੱਲ ਵੀ ਹੋ ਰਹੀ ਹੈ ਪਰ ਉਹਨਾਂ ਦਾ ਸਟੇਟ ਆਫ ਮਾਈਂਡ ਸਹੀ ਨਹੀਂ ਹੈਗਾ ਉਹ ਲੋ ਲੈਵਲ ਦਾ ਸੋਚ ਰਿਹਾ ਉਹ ਸਿਰਫ ਬਸ ਐਮਐਸਪੀ ਦੀ ਗੱਲ ਕਰ ਰਿਹਾ ਹੈ ਨਾ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਵਪਾਰ ਕਿਵੇਂ ਚੱਲੂਗਾ ਕਿਵੇਂ ਦੇਸ਼ ਦੀ ਤਰੱਕੀ ਹੋਣੀ ਹੈ ਜੇ ਆਪਾਂ ਪੂਰੇ ਦੇਸ਼ ਦੀ ਤਰੱਕੀ ਕਰਾਂਗੇ ਤਾਂ ਆਪਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਜਿੰਨਾ ਟਾਈਮ ਲੋਕਾਂ ਨੂੰ ਉਹ ਨਹੀਂ ਪਤਾ ਲੱਗਦਾ ਵੀ ਪੈਸਾ ਕਿਵੇਂ ਬਾਹਰੋਂ ਆਊਗਾ ਜੇ ਮੰਨ ਲਓ ਈਸਟ ਇੰਡੀਆ ਕੰਪਨੀ ਆਈ ਸੀ ਤਾਂ ਬਾਹਰਲੀ ਸੀ ਬਾਹਰੋਂ ਇਧਰੋਂ ਪੈਸਾ ਲੁੱਟ ਕੇ ਲੈ ਕੇ ਗਈ ਕੰਪਨੀ ਦਾ ਮਤਲਬ ਕੀ ਹੁੰਦਾ ਵੀ ਜਿਹੜੇ ਦੇਸ਼ ਦੇ ਵਿੱਚ ਕੰਪਨੀ ਲੱਗੀ ਹੋਈ ਹੈ ਪੈਸਾ ਉਧਰ ਆਏਗਾ ਜੇ ਹੁਣ ਆਪਣੇ ਇੱਥੇ ਦੇਸ਼ ਦੇ ਵਿੱਚ ਕੰਪਨੀਆਂ ਇੰਡੀਅਨ ਲੱਗਣਗੀਆਂ ਇਹ ਪੂਰੇ ਵਰਲਡ ਦੇ ਵਿੱਚ ਵਪਾਰ ਕਰਨੀਆਂ ਤਾਂ ਪੈਸਾ ਉਧਰੋਂ ਇੱਧਰ ਆਏਗਾ ਦੇਸ਼ ਅਮੀਰ ਹੋਏਗਾ ਤੁਹਾਡਾ ਜੌਬਾਂ ਜ਼ਿਆਦਾ ਦੇਸ਼ ਦੇ ਵਿੱਚ ਮਿਲਣਗੀਆਂ ਅਮਰੀਕਾ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੰਪਨੀਆਂ ਨੇ ਵਰਲਡ ਲੈਵਲ ਦੀ ਜਿਹੜੀਆਂ ਵੀ ਕੰਪਨੀਆਂ ਚੱਕ ਲੋ ਉਹ ਕ੍ਰੀਮ ਕ੍ਰੀਮ ਪੂਰੇ ਵਰਲਡ ਦੇ ਵਿੱਚੋਂ ਕ੍ਰੀਮ ਕ੍ਰੀਮ ਇਕੱਠੀ ਕਰਦਾ ਚੰਗੇ ਚੰਗੇ ਲੋਕ ਹਾਇਰ ਕਰ ਲੈਂਦਾ ਉੱਥੇ ਲੈ ਜਾ ਕੇ ਆਪਣੇ ਕੰਮ ਕਰਾਉਂਦਾ ਤੇ ਪੂਰੇ ਦੇਸ਼ਾਂ ਜਿਉਂ ਪੈਸਾ ਇਕੱਠਾ ਕਰਦਾ ਰਹਿੰਦਾ ਜਦ ਕਿ ਅਮਰੀਕਾ ਦੇ ਵਿੱਚ ਇੰਨੇ ਜਿਆਦਾ ਸੈਂਟਿਸਟ ਨਹੀਂ ਹੈਗੇ ਜਾਂ ਹੋਰ ਚੀਜ਼ਾਂ ਨਹੀਂ ਹੈਗੀਆਂ ਜਿਹੜੇ ਕਿ ਇੰਡੀਅਨ ਲੋਕ ਹੀ ਕੰਮ ਕਰ ਰਹੇ ਜਾਂ ਹੋਰ ਬਾਕੀ ਕੰਟਰੀਆਂ ਦੇ ਚੰਗੇ ਚੰਗੇ ਲੋਕਾਂ ਨੂੰ ਖਿੱਚ ਲੈਂਦਾ ਕ੍ਰੀਮ ਨੂੰ ਵੀ ਜਿਹੜੇ ਕੰਮ ਕਰਨ ਵਾਲਾ ਬੰਦਾ ਨੂੰ ਲੈ ਜਾਂਦੇ ਆ ਉਧਰ ਤੇ ਜਿਹੜੇ ਵਿਚਾਰੇ ਬਿਲਕੁਲ ਹੈਗੇ ਜਿਹੜੇ ਅਣਪੜ੍ਹੇ ਜਾਂ ਕੋਈ ਕੁਝ ਪਤਾ ਨਹੀਂ ਹੈਗਾ ਉਹ ਇੱਥੇ ਰਹਿ ਜਾਂਦੇ ਤਾਂ ਤੁਹਾਡਾ ਦੇਸ਼ ਬੇਕਾਰ ਹੋ ਤੁਸੀਂ ਚੰਗੇ ਬੰਦਿਆਂ ਨੂੰ ਇੱਧਰ ਬੁਲਾਓ ਜਾਂ ਆਪਣੇ ਬੱਚੇ ਜਿਹੜੇ ਹੈਗੇ ਚੰਗੇ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਤੁਹਾਡਾ ਦੇਸ਼ ਤਰੱਕੀ ਕਰੇ ਤੁਹਾਡਾ ਦੇਸ਼ ਤਾਂ ਹੀ ਤਰੱਕੀ ਕਰੂਗਾ ਜੇ ਤੁਹਾਡੇ ਲੋਕ ਵਧੀਆ ਹੋਣਗੇ ਲੋਕਾਂ ਦੀ ਸੋਚ ਵਧੀਆ ਹੋਊ ਤੁਹਾਡਾ ਕਹਿੰਦਾ ਮਤਲਬ ਵੀ ਲੋਕ ਆਪਣੀ ਕੰਪਨੀ ਆਪ ਬਣਾਉਣ ਮੈਂ ਕਹਿੰਦਾ ਕੰਪਨੀ ਬਣਾਉਣ ਕਿ ਲੋਕ ਲੋਕ ਕੀ ਲੋਕਾਂ ਦੀ ਕੰਪਨੀ ਬਣੀ ਪਈ ਹੈ ਮੈਂ ਕਹਿੰਦਾ ਆ ਕੇ ਕੰਪਨੀ ਲੈ ਜਾਓ ਯਾਰ ਫ੍ਰੀ ਚ ਤੁਹਾਨੂੰ ਕੰਪਨੀ ਦੇ ਰਿਆ ਸਭ ਕੁਝ ਦੇ ਰਿਆ ਨਾ ਸਿਸਟਮ ਦੇ ਰਿਆ ਇੱਕ ਬਲੂਪ੍ਰਿੰਟ ਦਊਗਾ ਮੈਂ ਤੁਹਾਨੂੰ ਵੀ ਆ ਚੀਜ਼ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਨਾਲ ਤੁਹਾਡੇ ਤੋਂ ਰੁਪਿਆ ਲੈਂਦਾ ਨਹੀਂ ਠੀਕ ਹੈ ਨਾ ਬਲੂਪ੍ਰਿੰਟ ਲੈ ਜਿਓ ਕੋਈ ਪ੍ਰੋਬਲਮ ਆਈ ਮੈਨੂੰ ਦੱਸ ਦਿਓ ਬਾਕੀ ਤੁਸੀਂ ਆਪਣਾ ਕੰਮ ਸਟਾਰਟ ਕਰ ਲਓ ਵੀ ਕਿਹੜੇ ਬੰਦੇ ਨੂੰ ਕਿਵੇਂ ਕਰਨਾ ਉਹ ਵੀ ਮੈਂ ਤੁਹਾਨੂੰ ਦੱਸ ਦੂੰ ਵੀ ਕਿਵੇਂ-ਕਿਵੇਂ ਤੁਹਾਡਾ ਦੇਸ਼ ਤਰੱਕੀ ਕਰੇਗਾ ਕਿਵੇਂ ਇੰਡੀਆ ਤਰੱਕੀ ਕਰੇਗਾ ਹਣਾ ਭਾਜੀ ਲੇਕਿਨ ਜੇ ਸਾਰੇ ਜਣੇ ਹੀ ਕੰਪਨੀ ਬਣਾ ਲੈਣਗੇ ਆਪਣੀ ਸਾਰੇ ਬੰਦਿਆਂ ਦੀ ਆਪਣੀ ਕੰਪਨੀ ਹੋਏਗੀ ਵੀ ਕੰਮ ਕੌਣ ਕਰੇਗਾ ਨਹੀਂ ਨਹੀਂ ਭਾਜੀ ਸਾਰੇ ਬੰਦ ਤੁਸੀਂ ਸਮਝੇ ਨਹੀਂ ਭਾਜੀ ਇੱਕ ਤਾਂ ਨਾ ਗੱਲ ਤੁਸੀਂ ਉਲਟੇ ਤੀਜੇ ਚ ਲੈ ਗਏ ਕੰਪਨੀ ਇੱਕ ਹੋਊਗੀ ਹਾਂ ਬਾਕੀ ਚਲਾਉਣ ਵਾਲਾ ਇੱਕ ਮੈਨੇਜਰ ਹੁੰਦਾ ਉਹ ਤੋਂ ਥੱਲੇ ਬਸਲ ਕੰਮ ਕਰਨ ਵਾਲੇ ਹਨਾ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਵੀ ਸਾਡੀ ਕੰਪਨੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਉਹ ਤਾਂ ਸਿਰਫ ਉਹਨਾਂ ਦੇ ਸਾਈਨ ਹੋਣੇ ਹੈਗੇ ਆ ਉਹਨਾਂ ਨੂੰ ਪ੍ਰੋਫਿਟ ਆਈ ਜਾਣਾ ਕਰੇ ਬੈਠੇ ਹਨ ਉਹਨਾਂ ਦੀਆਂ ਚੀਜ਼ਾਂ ਵਿਕਦੀਆਂ ਰਹਿਣੀਆਂ ਨੇ ਉਹ ਅਲੱਗ ਚੀਜ਼ ਆ ਹਰ ਕੋਈ ਕੰਪਨੀ ਦਾ ਮਤਲਬ ਵੈਸੇ ਜੇ ਕਹਿਣ ਨੂੰ ਕਹੀਏ ਤਾਂ ਸਾਰੇ ਮਾਲਕ ਹੋਣਗੇ ਪਰ ਜਿਹੜੇ ਕੰਮ ਕਰ ਰਹੇ ਹੋਣਗੇ ਜਾਂ ਕੁਝ ਹੋਰ ਹੋਣਗੇ ਉਹ ਅਲੱਗ ਹੋਣਗੇ ਪਰ ਕਹਿੰਦਾ ਮਤਲਬ ਹੈ ਸ਼ੇਅਰ ਹੋਲਡਰ ਸ਼ੇਅਰ ਹੋਲਡਰ ਹਾਂ ਇਨਵੈਸਟਰ ਹੋਗੇ ਸ਼ੇਅਰ ਹੋਲਡਰ ਹੋਗੇ ਉਹ ਕਰੇ ਬੈਠੇ ਉਹਨਾਂ ਨੂੰ ਪੈਸਾ ਆਈ ਜਾਊਗਾ ਕੰਪਨੀ 'ਚ ਐਵੇਂ ਤਾਂ ਹੁੰਦਾ ਹੁਣ ਮਕੇਸ਼ ਮੰਨੀ ਕੰਮ ਕਰ 2-3 ਲੱਖ ਬੰਦੇ ਐ ਇਨਵੈਸਟਰ ਐ ਜਾਂ ਕੋਈ ਹੋਰ ਐ ਉਹ ਤਾਂ ਘਰੇ ਬੈਠੇ ਉਹਨਾਂ ਨੂੰ ਤਾਂ ਪੈਸਾ ਆ ਰਿਹਾ ਬੈਠੇ ਉਹਨਾਂ ਨੇ ਕੀ ਕੰਮ ਕਰਨਾ ਜਿਹੜੇ ਵਿਚਾਰੇ ਮਜ਼ਦੂਰ ਐ ਜਾਂ EMPLOYEES ਐ ਉਹ ਰੱਖੇ ਹੋਏ ਐ ਉਹ ਕੰਮ ਕਰ ਰਹੇ ਸਿੰਪਲ ਜੀ ਗੱਲ ਤਾਂ ਫਿਰ ਅੱਛਾ ਮੇਰਾ ਆ ਆਖਰੀ ਸਵਾਲ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੂਗੀ ਤੁਸੀਂ ਸਰਕਾਰ ਜਿਹੜੀ ਅੜੀ ਪਈ ਐ ਕਿਸਾਨ ਜਿਹੜੇ ਕਹਿੰਦੇ ਨੇ ਅਸੀਂ ਤਾਂ ਰੱਦ ਕਰਵਾ ਕੇ ਹਟਾਂਗੇ ਸਰਕਾਰ ਨੂੰ ਤਾਂ ਮੈਂ ਕੀ ਸੁਨੇਹਾ ਦੇਣਾ ਹੈਗਾ ਉਹ ਤਾਂ ਫਿਰ ਪ੍ਰਧਾਨ ਮੰਤਰੀ ਹੈ ਨਾ ਉਹ ਤਾਂ ਜੋ ਮਰਜ਼ੀ ਕਰਨ ਹੋਣਗੇ ਮੈਂ ਤਾਂ ਕਿਸਾਨਾਂ ਨੂੰ ਕਹਿਣਾ ਚਾਹਣਾ ਵੇ ਤੁਹਾਨੂੰ ਤੁਸੀਂ ਕੰਪਨੀ ਬਣਾ ਲਓ ਤੁਹਾਨੂੰ ਇਹਦੇ ਚ ਹੀ ਫਾਇਦਾ ਸਰਕਾਰ ਆਪਣੇ ਆਪ ਤੁਹਾਡੇ ਪਿੱਛੇ ਲੱਗ ਜੂ ਮੇਰੀ ਗੱਲ ਇੱਕ ਮੰਨ ਲਿਓ ਜੇ ਤੁਸੀਂ ਕੰਪਨੀ ਬਣਾ ਲਓਗੇ ਨਾ ਆਪਣਾ ਕੰਮ ਕਰ ਲਓਗੇ ਚਾਰ ਪੈਸੇ ਤੁਸੀਂ ਕਮਾਓਗੇ ਸਰਕਾਰ ਆਪਣੇ ਆਪ ਤੁਹਾਡੇ ਵੱਲ ਦੇਖੇਗੀ ਸਿੰਪਲ ਜੀ ਗੱਲ ਆ ਜਿਹਦੇ ਕੋਲ ਚਾਰ ਪੈਸੇ ਹੁੰਦੇ ਲੋਕੀ ਉਹਦੇ ਵੱਲੀ ਝਾਕਦੇ ਆ ਠੀਕ ਹੈ ਨਾ ਜੇ ਤੁਸੀਂ ਇੰਡੀਪੈਂਡੈਂਟ ਹੋ ਜਾਓਗੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਸਰਕਾਰ ਦੀ ਸਰਕਾਰ ਆਪਣੇ ਆਪ ਤੁਹਾਡੇ ਅਕੋਰਡਿੰਗ ਚੱਲਿਆ ਕਰੂਗੀ ਬਈ ਇੰਡੀਪੈਂਡੈਂਟ ਹੋਣ ਵਾਲੀ ਗੱਲ ਤਾਂ ਮੋਦੀ ਵੀ ਕਰਦਾ ਪਰ ਲੋਕ ਤਾਂ ਕਹਿੰਦੇ ਨੇ ਉਹ ਬੇੜਾ ਕਰ ਕਰੀ ਜਾਂਦਾ ਉਹ ਆਪ ਕਹਿੰਦਾ ਵੀ ਇਸ ਅਸਵੈ ਰੋਜ਼ਗਾਰ ਵਧਾਓ ਬਾਜੀ ਹੁਣ ਸਰਕਾਰ ਐ ਪੀਐਮ ਐ ਪੀਐਮ ਨੂੰ ਤਾਂ ਆਪਣੇ ਕੰਮ ਹੀ ਨਹੀਂ ਲੋਟ ਆਉਂਦੇ ਕਿਤੇ ਇੱਧਰ ਚੱਲ ਗਿਆ ਕਿਤੇ ਉੱਧਰ ਚੱਲ ਗਿਆ ਜਾਂ ਉਹਨੇ ਆਹ ਕਰਨੀ ਹੈ ਕੋਈ ਮੀਟਿੰਗ ਕਰਨੀ ਹੈ 24 ਘੰਟਿਆਂ ਦੇ ਵਿੱਚ ਉਹਨੇ ਮੀਟਿੰਗ ਹੀ ਨਹੀਂ ਲੋਟ ਆਉਂਦੀਆਂ ਉਹ ਲੋਕਾਂ ਬਾਰੇ ਕੀ ਸੋਚ ਲੂਗਾ ਮੇਨ ਗੱਲ ਤਾਂ ਜਿਹੜੇ ਹੈਗੇ ਲੋਕਾਂ ਨੂੰ ਵੇਲੇ ਮਤਲਬ ਕਈ ਲੋਕ ਹੈਗੇ ਜਿਨ੍ਹਾਂ ਚ ਟੈਲੈਂਟ ਹੈਗਾ ਕੋਈ ਨਵੀਂ ਚੀਜ਼ ਇਨਵੈਂਟ ਕਰਨੀ ਹੈ ਜਾਂ ਕੁਝ ਨਵਾਂ ਕਰਨਾ ਤਾਂ ਉਹ ਲੋਕ ਹੀ ਸੋਚ ਸਕਦੇ ਆ ਵੇਲੇ ਲੋਕ ਹੈ ਜਿਹੜੇ ਜਾਂ ਕੁਝ ਹੋਰ ਟਾਈਪ ਦੇ ਹਨ ਤਾਂ ਸਰਕਾਰ ਇਹਨਾਂ ਚੀਜ਼ਾਂ ਬਾਰੇ ਨਹੀਂ ਸਰਕਾਰ ਨੂੰ ਤਾਂ ਆਪਣੀ ਕੁਰਸੀ ਦਾ ਹੁੰਦਾ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਾਂ ਉਹਨਾਂ ਦਾ ਕੀ ਕੰਮ ਹੈ ਇੱਕ ਉਹਨੂੰ ਸਿਰਫ ਇਹ ਹੈ ਕਿ ਮੈਂ ਪੀਐਮ ਰਹਾ ਹਾਂ ਠੀਕ ਹੈ ਨਾ ਉਹ ਆਪਣੇ ਅਕੋਰਡਿੰਗ ਕੰਮ ਕਰੇਗਾ ਉਹ ਆਪਣੇ ਵੀ ਮੈਂ ਪੀਐਮ ਰਹਾ ਉਹਦੇ ਲਈ ਕੰਮ ਕਰੇਗਾ ਉਹਨੂੰ ਉਹ ਚੀਜ਼ ਨਾਲ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ ਵੀ ਲੋਕ ਕੀ ਕਰ ਰਹੇ ਲੋਕਾਂ ਲਈ ਮੈਂ ਕੀ ਕਰਾਂ ਉਹਦੇ ਲਈ ਤਾਂ ਲੋਕਾਂ ਲਈ ਸਿਰਫ ਉਹ ਲੋਨ ਦੇ ਸਕਦਾ ਹੈ ਲੋਕਾਂ ਨੂੰ ਕਹਿ ਸਕਦਾ ਵੀ ਤੁਸੀਂ ਦੱਸੋ ਅਸੀਂ ਤੁਹਾਡੇ ਲਈ ਕੀ ਕਰੀਏ ਮਤਲਬ ਕਿ ਜਿੱਦਾਂ ਵੀ ਲਾਅ ਚੇਂਜ ਕਰਨੇ ਆ ਤਾਂ ਉਹ ਕਰ ਸਕਦਾ ਹੈ ਉਹ ਜਦੋਂ ਲੋਕ ਆਪਣੇ ਆਪ ਕਹਿਣਗੇ ਸਾਡੀ ਕੰਪਨੀ ਆ ਸਾਨੂੰ ਆ ਚੀਜ਼ ਦਿੱਕਤ ਆ ਰਹੀ ਹੈ ਤਾਂ ਉਹ ਸਰਕਾਰ ਉਹਦੇ ਲਈ ਕਰੇਗੀ ਕਰੇਗੀ ਉਸ ਚੀਜ਼ ਦੀ ਮੈਂ ਗਰੰਟੀ ਦੇ ਦਿੰਦਾ ਵੀ ਜੇ ਤੁਸੀਂ ਆਪਣੀ ਕੰਪਨੀ ਬਣਾ ਲੈਣੇ ਹੋ ਤੁਹਾਨੂੰ ਕੋਈ ਲਾ ਚੇਂਜ ਕਰਾਉਣ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਤੁਹਾਡੇ ਅਕੋਰਡਿੰਗ ਕਰ ਦੇਗੀ ਕਿਉਂਕਿ ਉਹਨੂੰ ਪਤਾ ਵੀ ਲੋਕ ਇੰਡੀਪੈਂਡੈਂਟ ਹੋ ਚੁੱਕੇ ਆ ਆਪਾਂ ਇਹਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਕਿਉਂਕਿ ਆਪਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਤਾਂ ਆਪਣਾ ਕੰਮ ਹੋ ਰਿਹਾ ਤੇ ਇਹਨਾਂ ਦਾ ਵੀ ਕੰਮ ਹੋ ਰਿਹਾ ਆਪਾਂ ਇਹਨਾਂ ਦਾ ਕੰਮ ਕਰ ਦਿੰਨੇ ਆ ਅੱਛਾ ਅਹਿਰੀ ਭਾਈ ਜੀ ਸਹੀ ਤਰੀਕੇ ਨਾਲ ਦਸੀਓ ਜਾਂ ਸੱਚੀ ਸੱਚੀ ਦਸੀਓ ਵੀ ਕਈ ਵਾਰ ਤੁਸੀਂ ਜਿਵੇਂ ਹੁਣ ਗੱਲ ਕਰਦੇ ਹੋ ਹਨਾ ਤੁਸੀਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਰੱਖੀ ਹੈ ਆਪਣੀ ਤੁਸੀਂ ਗੱਲ ਕਰਦੇ ਹੋ ਜਾਂ ਤੁਸੀਂ ਮੋਦੀ ਬਾਰੇ ਤੁਸੀਂ ਕਿਹਾ ਵੀ ਚਲੋ ਮਿਹਨਤ ਕਰਕੇ ਬੰਦਾ ਪ੍ਰਧਾਨ ਮੰਤਰੀ ਬਣਿਆ ਹੋਣਾ ਤੇ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਹੋ ਵੀ ਦੇਖੋ ਕਿਸਾਨ ਦਾ ਇਹ ਰੱਦ ਤਾਂ ਨਹੀਂ ਹੋਣੀ ਐਮੈਂਡਮੈਂਟ ਤੁਸੀਂ ਆਪਣੀ ਕਰਵਾ ਲਓ ਕਈ ਵਾਰ ਤੁਹਾਨੂੰ ਐ ਨਹੀਂ ਲੱਗਦਾ ਵੀ ਮੈਂ ਜੇ ਪਿੰਡ ਜਾਵਾਂਗਾ ਆਪਣੇ ਨਹੀਂ ਤਾਂ ਚਲੋ ਕਿਸੇ ਹੋਰ ਦੇ ਪਿੰਡ ਜਾਵਾਂਗਾ ਮੈਨੂੰ ਘੇਰਾ ਪਾ ਲੈਣਾ ਤਨ ਤੋ ਤਨ ਨ ਰੰਗ ਦਾ ਹਾਲ ਯਾਦ ਹੋਣਾ ਕੀ ਵਾਰ ਲੱਗਦਾ ਨਹੀਂ ਮੇਰੇ ਨਾਲ ਕਿਤੇ ਇਦਾਂ ਹੋ ਜਾਏ ਘੇਰਾ ਪਾ ਕੇ ਭਾਜੀ ਮੇਰਾ ਕੀ ਕਰ ਲੈਣਗੇ ਮੈਂ ਤਾਂ ਸਿੰਪਲ ਜੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਸੱਚ ਹੈ ਸੱਚ ਤੁਹਾਨੂੰ ਕੋਈ ਦੱਸਣਾ ਨਹੀਂ ਚਾਹੁੰਦਾ ਜੋ ਰਿਐਲਿਟੀ ਆ ਉਹ ਤੁਹਾਡੇ ਸਾਹਮਣੇ ਹੈ ਰਿਐਲਿਟੀ ਤੁਹਾਨੂੰ ਤੁਹਾਡੇ ਕਿਸਾਨ ਜੁਨੀਆ ਲੀਡਰ ਵੀ ਨਹੀਂ ਦੱਸਦੇ ਵੀ ਕੀ ਸਾਡੇ ਅੰਦਰ ਚੱਲ ਰਿਹਾ ਪਰ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਤੁਸੀਂ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਮੇਰੀ ਤਾਂ ਡਿਊਟੀ ਹੈ ਦੱਸਣਾ ਮੇਰੀ ਡਿਊਟੀ ਹੈ ਮੰਨਣਾ ਨਹੀਂ ਮੰਨਣਾ ਲੋਕਾਂ ਦਾ ਕੰਮ ਹੈ ਤਨੂੰ ਫਾਇਦਾ ਹੋ ਗਿਆ ਤੁਸੀਂ ਚੱਕ ਲੋ ਆ ਚੱਕੋ ਬਲੂਪ੍ਰਿੰਟ ਆ ਚੱਕੋ ਕੰਪਨੀ ਮੈਂ ਕਿ ਤੁਹਾਡੇ ਤੋਂ ਲੈਣਾ ਹੈਗਾ ਭਾਈ ਜੀ ਮੈਂ ਤੁਹਾਡੇ ਤੋਂ ਪੈਸੇ ਲੈ ਲੇ ਮੈਂ ਤੁਹਾਡੇ ਤੋਂ ਬੋਟਲ ਲੈ ਲਈ ਮੇਰਾ ਸਿਰਫ ਕੰਮ ਹੈ ਕਿ ਲੋਕ ਜਿਹੜੇ ਰੋੜਾਂ ਦੇ ਉੱਪਰ ਪਏ ਆ ਉਹ ਤਰੱਕੀ ਕਰ ਜਾਣਗੇ ਉਹ ਰੋਟੀ ਖਾਣ ਲੱਗ ਜਾਣਗੇ ਉਹ ਕੰਪਨੀਆਂ ਹੀ ਕਰਨੀਆਂ ਆ ਭਰਾ ਮੇਰਾ ਮੈਂ ਲੋਕਾਂ ਨਾਲ ਮੇਰੀ ਦੁਸ਼ਮਣੀ ਨਹੀਂ ਹੈਗੀ ਲੋਕ ਮੈਂ ਹਰ ਇੱਕ ਬੰਦੇ ਨੂੰ ਉਸ ਬੰਦੇ ਨੂੰ ਸਪੋਰਟ ਕਰਦਾ ਜਿਹੜਾ ਬੰਦਾ ਵਿਚਾਰਾ ਗਰੀਬ ਹੈ ਜਿਹੜਾ ਮੈਨੂੰ ਤਰਸ ਆਂਦਾ ਮੈਂ ਤਾਂ ਲੋਕਾਂ ਲਈ ਕੁਝ ਕਰਨਾ ਚਾਹਣਾ ਹੈ ਨਾ ਮੇਰਾ ਕੋਈ ਉਹ ਨਹੀਂ ਹੈਗਾ ਜੋ ਕਰਨਾ ਕਰ ਲੈਂਦੇ ਮਰਨਾ ਤਾਂ ਇੱਕ ਦਿਨ ਹੈ ਉਸ ਬਿਗ ਡੀਲ ਠੀਕ ਹੈ ਨਾ ਤੁਹਾਨੂੰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈਰੀ ਸਿੱਧੂ ਤੇ ਦੇਖੋ ਗੱਲਾਂ ਜਿਹੜੀਆਂ ਕੀਤੀਆਂ ਨੇ ਤੁਸੀਂ ਸਾਰੀਆਂ ਸੁਣੀਆਂ ਹੋਣੀਆਂ ਕੇਂਦਰ ਸਰਕਾਰ ਹੁਣ ਇਹ ਕਾਨੂੰਨ ਰੱਦ ਕਿਉਂ ਨਹੀਂ ਕਰ ਰਹੀ ਕਿਉਂਕਿ ਪਹਿਲਾਂ ਵੀ ਕਈ ਕਾਨੂੰਨ ਰੱਦ ਕਰ ਚੁੱਕੀ ਹੈ ਕੇਂਦਰ ਸਰਕਾਰ ਤਾਂ ਇਸ ਕਾਨੂੰਨ ਨੂੰ ਰੱਦ ਕਰਨ ਵਿੱਚ ਦਿੱਕਤ ਕੀ ਹੈ ਇਹ ਵੀ ਵੱਡਾ ਸਵਾਲ ਹੈ ਤੇ ਸਵਾਲ ਇਹ ਵੀ ਬਰਕਰਾਰ ਹੈ ਕਿ ਆਖਰ ਜੋ ਕਿਸਾਨ ਨਹੀਂ ਕਿਸਾਨ ਜਥੇਬੰਦੀਆਂ ਨਹੀਂ ਉਹ ਕਦੋਂ ਤੱਕ ਆਪਣਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲਾਈ ਰੱਖਣ ਗਿਆ ਗੱਲ ਇਹ ਵੀ ਅਸੀਂ ਜ਼ਰੂਰ ਦੱਸਾਂਗੇ ਕਿ ਜਿਹੜਾ ਆਈਡੀਆ ਹੈਰੀ ਸਿੱਧੂ ਨੇ ਦਿੱਤਾ ਹੈ ਉਹ ਆਈਡੀਆ ਇੰਪਲੀਮੈਂਟ ਕਿਵੇਂ ਹੋਣਾ ਹੈ ਇਸ ਬਾਰੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਹੈਰੀ ਸਿੱਧੂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ